ਸੋ ਰੇਡੀਓ ਪੰਜਾਬ ਟੁਡੇ ਦੇ ਪ੍ਰੋਗਰਾਮ ਸ਼ਮਾਦਾਨ ਦੇ ਵਿੱਚ ਤੁਹਾਡਾ ਮੁਰ ਤੋਂ ਸਵਾਗਤ ਹੈ ਜੀ ਤੁਸੀਂ ਇਸ ਵਕਤ ਸਾਡੇ ਨਾਲ ਬਠਿੰਡਾ ਸਟੂਡੀਓ ਤੋਂ ਜੁੜੇ ਹੋਏ ਹੋ। ਵਿਸ਼ਿੰਗਟਨ ਸਟੇਟ ਦੇ ਵਿੱਚ ਕਿਸੇ ਤਰ੍ਹਾਂ ਦੀ ਕੰਸਟਰਕਸ਼ਨ ਕਰਾਉਣੀ ਹੈ ਤਾਂ ਗੁਰਿੰਦਰ ਗਰੇਵਾਲ ਹੋਰਾਂ ਦਾ ਨਾਮ ਹਮੇਸ਼ਾ ਯਾਦ ਰੱਖੋ 206 941 5454 ਤੇ ਤੁਸੀਂ ਕਾਲ ਕਰ ਸਕਦੇ ਹੋ। ਅਮਰੀਕਾ ਦੇ ਮਸ਼ਹੂਰ ਹੋਮੋਪੈਥ ਡਾਕਟਰ ਹਰਮਿੰਦਰ ਗਿੱਲ ਬਰਗਾੜੀਆ ਨਾਲ 408 737 7100 ਦੇ ਉੱਤੇ ਅਪਾਇੰਟਮੈਂਟ ਬਣਾ ਸਕਦੇ ਹੋ ਤੇ ਇਹ ਤੁਹਾਡੀ ਦਵਾਈ ਜਿਹੜੀ ਹੈ ਤੁਹਾਡੇ ਘਰ ਕੂਰੀਅਰ ਤੇ ਪਹੁੰਚਦੀ ਕਰਦੇ। ਕਰ ਦਿੰਦੇ ਨੇ ਮਾਲਵਾ ਟਰੱਕ ਲਾਈਨਾਂ ਟ੍ਰੇਲਰ ਰਿਪੇਅਰ ਸਰਵਿਸ ਹਰ ਤਰ੍ਹਾਂ ਦਾ ਇੱਥੇ ਤੁਹਾਨੂੰ ਰਿਪੇਅਰ ਮਿਲੇਗੀ ਰੀਫਰ ਦੀ ਰਿਪੇਅਰ ਕਰਦੇ ਨੇ ਡੀਓਟੀ ਸੇਫਟੀ 804372880 ਤੇ ਕਾਲ ਕਰ ਸਕਦੇ ਹੋ ਲੋਕੇਸ਼ਨ ਇਹਨਾਂ ਦੀ ਵਰਜੀਨੀਆ ਦੇ ਸ਼ਹਿਰ ਮਨਾਸਸਟ ਹੈ ਜੀ ਰੈ residenc y ਰੋਡ ਤੇ 10224 ਪੰਜਾਬ ਟਰੱਕ ਐਂਡ ਟ੍ਰੇਲਰ ਰਿਪੇਅਰ ਇਹਨਾਂ ਦਾ ਇੱਕੋ ਇੱਕ ਨਿਸ਼ਾਨਾ ਗਰੰਟੀਡ ਗ੍ਰੇਟ ਐਂਡ ਕੁਇਕ ਸਰਵਿਸ 1315 ਵੈਸਟਰਨ ਹਨ ਐਵੇਨਿਊ ਇੰਡੀਅਨਪਲਸ ਫੋਨ ਨੰਬਰ ਹੈ ਜੀ 3179797205 ਜਾਂ 6612045818 ਤੇ ਤੇ ਕਾਲ ਕਰ ਸਕਦੇ ਹੋ ਹਰ ਤਰ੍ਹਾਂ ਦੇ ਅਕਾਊਂਟਸ ਬੁੱਕ ਕੀਪਿੰਗ ਜਾਂ ਟੈਕਸਿਸ ਦੇ ਲਈ ਹਮੇਸ਼ਾ ਯਾਦ ਰੱਖੋ ਮਹਿੰਦਰ ਸਿੰਘ ਸੋਲ ਤੇ ਲੋਕਪਾਲ ਸਿੰਘ ਸੋਲ ਹੋਰਾਂ ਨੂੰ ਐਕੂਰੇਟ ਐਂਡ ਅਕਾਊਂਟਸ ਵਾਲੇ ਕੈਂਟ ਵਾਸ਼ਿੰਗਟਨ ਦੇ ਵਿੱਚ ਇਹਨਾਂ ਦੀ 104 ਐਵੇਨਿਊ ਤੇ ਲੋਕੇਸ਼ਨ ਹੈ ਜੀ 24915 ਤੇ ਫੋਨ ਨੰਬਰ ਹੈ 2535200 886 ਦੇ ਉੱਤੇ ਤੁਸੀਂ ਇਹਨਾਂ ਨਾਲ ਕਾਲ ਕਰ ਸਕਦੇ ਹੋ ਸਪਾਈਸ ਬਲੈਸ ਇੰਡੀਅਨ ਰੈਸਟੋਰੈਂਟ ਜਿਹੜਾ ਮੌਜੂਦ ਹੈ ਜੀ 104 ਐਵੇਨਿਊ ਕੈਂਟ ਵਿਸ਼ਿੰਗਟਨ ਤੇ 23609 ਤੇ ਫੋਨ ਨੰਬਰ ਹੈ 2063531699 ਤੇ 2532467296 ਇਹਨਾਂ ਤੋਂ ਤੁਸੀਂ ਡਾਈਨ ਇਨ ਕਰ ਸਕਦੇ ਹੋ ਕੈਟਰੀਂਗ ਕਰਵਾ ਸਕਦੇ ਹੋ ਜਾਂ ਫਿਰ ਤੁਸੀਂ ਆਨਲਾਈਨ ਫੂਡ ਡਿਲੀਵਰੀ ਮਰਵਾ ਸਕਦੇ ਹੋ ਬਾਈ ਜੀ ਤਰਸੇਮ ਸਿੰਘ ਹੌਂਗਕਾਂਗ ਹੋਰਾਂ ਦੇ ਅਤੀ ਧੰਨਵਾਦੀ ਆ ਜਿਨ੍ਹਾਂ ਨੇ ਰੇਡੀਓ ਪੰਜਾਬ ਟੂਡੇ ਨੂੰ ਇਹ ਪ੍ਰੋਗਰਾਮ ਸਪਾਂਸਰ ਕੀਤਾ ਇਸ ਦੇ ਨਾਲ ਹੀ ਅਸੀਂ ਸਟਾਕਟਨ ਤੋਂ ਬਾਈ ਜੀ ਤ੍ਰਿਪਤੀਪਾਲ ਸਿੰਘ ਹੋਰਾਂ ਦਾ ਧੰਨਵਾਦੀ ਆ ਤੇ ਅਸੀਂ ਧੰਨਵਾਦੀ ਆ ਜਗਜੀਤ ਸਿੰਘ ਲੰਡਨ ਹੋਰਾਂ ਦੇ ਤੇ ਜਿਹੜੇ ਹਮੇਸ਼ਾ ਹੀ ਰੇਡੀਓ ਪੰਜਾਬ ਟੂਡੇ ਨੂੰ ਸਪੋਰਟ ਕਰਦੇ ਆਏ ਨੇ ਤੇ ਹਰਜਿੰਦਰ ਕਲੋਂ ਹੋਰੀ ਜੀ ਕੈਲੀਫੋਰਨੀਆ ਤੋਂ ਜਿਨ੍ਹਾਂ ਨੇ ਰੇਡੀਓ ਪੰਜਾਬ ਟੂਡੇ ਦਾ ਪ੍ਰੋਗਰਾਮ ਸਪਾਂਸਰ ਕੀਤਾ ਸੋ ਮੇਰੇ ਨਾਲ ਨੇ ਸਰਦਾਰ ਬਖਤੌਰ ਸਿੰਘ ਢਲੋਹਰੀ ਤੇ ਢਲੋਹ ਸਾਬ ਨਾਲ ਸਭ ਤੋਂ ਪਹਿਲਾਂ ਤਾਂ ਇੱਕ ਅਜਿਹੇ ਬਿਆਨ ਦੀ ਗੱਲ ਕਰਾਂਗੇ ਜਿਨ੍ਹਾਂ ਨੂੰ ਪੰਜਾਬੀਆਂ ਨੇ ਸਖਤ ਵਿੱਚ ਪਾ ਦਿੱਤਾ ਹੈ ਬਿਆਨ ਲਗਭਗ ਉਹੋ ਜਿਹਾ ਹੈ ਜਿਹੜਾ ਭਾਰਤ ਦੇ ਵਿੱਚ ਕੱਟੜਪੰਥੀ ਇੱਕ ਸਫਾ ਜਿਹੜੀ ਦਿੰਦੀ ਆ ਰਹੀ ਹੈ ਉਹ ਬਿਆਨ ਦਿੱਤਾ ਜੀ ਸਾਡੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਹੋਣਾ ਨਹੀਂ ਢਲੋਹ ਸਾਬ ਕਹਿੰਦੇ ਪਾਕਿਸਤਾਨ ਨਾਲ ਅਸੀਂ ਕੋਈ ਵਪਾਰਕ ਸਬੰਧ ਨਹੀਂ ਬਣਾਉਣਾ ਇਹ ਪੰਜਾਬ ਦੀ ਬੇਤਰੀ ਹੈ ਕੀ ਹੈ ਭਗਵਾਨ ਸ੍ਰੀ ਮਾਨ ਨੇ ਬਿਆਨ ਦੇ ਕੇ ਮੈਂ ਦਿੱਤਾ ਦੇਖੋ ਦਾਨੀਅਲ ਸਿੰਘ ਸਾਹਿਬ ਗਾਲੇ ਤੁਸੀਂ ਵੀ ਪਾਕਿਸਤਾਨ ਜਾ ਕੇ ਹੋ ਤੇ ਪਾਕਿਸਤਾਨ ਮੈਂ ਵੀ ਜਾ ਕੇ ਆਇਆ ਜੀ ਇਧਰ ਦੇ ਅਸੀਂ ਬਸਨੀਕਾਂ ਦੋਨਾਂ ਦੇਸ਼ਾਂ ਦੇ ਪੰਜਾਬੀਆਂ ਦੇ ਵਿੱਚੋਂ ਜੀ ਕੋਈ ਵੀ ਵਿਅਕਤੀ ਇਹ ਨਹੀਂ ਚਾਹੁੰਦਾ ਹਮਮ ਕਿ ਪਾਕਿਸਤਾਨ ਤੇ ਭਾਰਤ ਦੇ ਸਬੰਧ ਦੁਸ਼ਮਣੀ ਭਰਪੂਰ ਹੋਣ ਜੀ ਜੀ ਸਾਰੇ ਚਾਹੁੰਦੇ ਆ ਕਿ ਕੋਆਰਡੀਅਲ ਰਿਲੇਸ਼ਨ ਹੋਣ ਹਮਮ ਆਮ ਤੌਰ ਤੇ ਜਦੋਂ ਪਾਕਿਸਤਾਨ ਜਾਣੇ ਆਪਾਂ ਬਾਹਰ ਨਿਕਲਦੇ ਆਂ ਗੁਰੂ ਘਰਾਂ ਦੇ ਵਿੱਚੋਂ ਲੋਕਾਂ ਨੂੰ ਮਿਲਦੇ ਕਰਦੇ ਆਂ ਤੇ ਉੱਥੇ ਨਵੀਂ ਪੀੜ੍ਹੀ ਹੂੰ ਹੂੰ ਤੁਹਾਨੂੰ ਅਜਿਹੇ ਸਵਾਲ ਕਰਕੇ ਨਿਰ ਉੱਤਰ ਕਰਦੀ ਹੈ ਜੀ ਦਾ ਤੁਹਾਡੇ ਕੋਲ ਕੋਈ ਜਵਾਬ ਨਹੀਂ ਹੁੰਦਾ ਬਿਲਕੁਲ ਉਹ ਪੁੱਛਦੇ ਆ ਕਿ ਇਹ ਵੱਡੇ ਪੁਰਖਿਆਂ ਨੇ ਗਲਤੀਆਂ ਕੀਤੀਆਂ ਤੇ ਉਹਦਾ ਖਮਿਆਜਾ ਸਾਨੂੰ ਕਿਉਂ ਪੁੱਤਰਾਂ ਪੈ ਰਿਹਾ ਦਾ ਸਵਾਲ ਦਾ ਜਵਾਬ ਦਿਓ ਹੂੰ ਹੂੰ ਆਪਾਂ ਇਹ ਜਾਣਦੇ ਕਿ ਭਾਰਤ ਤੇ ਪਾਕਿਸਤਾਨ ਇੱਕੋ ਹੀ ਦੇਸ਼ ਹੁੰਦਾ ਸੀ ਹੂੰ ਹੂੰ ਇਹਨਾਂ ਨੂੰ ਅਲੱਗ-ਅਲੱਗ ਕਿਨੇ ਕੀਤਾ ਹੂੰ ਹੂੰ अलग-अलग ਕੀਤਾ ਦੋਨਾਂ ਪਾਸਿਆਂ ਦੇ ਫਿਰਕਾ ਪ੍ਰਸਤਾ ਨੇ ਜੀ ਸਭ ਤੋਂ ਪਹਿਲਾਂ ਟੂ ਨੇਸ਼ਨਸ ਦੀ ਥਿਉਰੀ ਕੀ ਨੇ ਦਿੱਤੀ ਹੂੰ ਹੂੰ ਦੋ ਕੋਮਾ ਦਾ ਸਿਧਾਂਤ ਉਸ ਵੇਲੇ ਦੀ ਆਰਐਸਐਸ ਹੂੰ ਹੂੰ ਜਿਹਦੀ ਅਗਲਾ ਜਿਹੜਾ ਸੀਗਾ ਅ ਉਹਨੂੰ ਕੈਸਾ ਗਿਆ ਪਾ ਪੋਲੀਟੀਕਲ ਬਿੰਗ ਕਹਿ ਲਿਆ ਹਿੰਦੂ ਮਹਾਸਭਾ ਹਿੰਦੂ ਮਹਾਸਭਾ ਉਹਨਾਂ ਨੇ ਦਿੱਤੀ ਤੇ ਫਿਰ ਉਹਦਾ ਪ੍ਰਤੀਕਰਮ ਹੋਇਆ ਮੁਸਲਮਾਨਾਂ ਚ ਜਨ ਸੰਘਾ ਹਾਂ ਮੁਸਲਮ ਨੇ ਜਨ ਸੰਘ ਤਾਂ ਬਾਅਦ ਚ ਆਉਂਦੀ ਹੈ ਹੂੰ ਹੂੰ ਮੁਸਲਮਾਨਾਂ ਨੇ ਪਹਿਲਾਂ ਕਦੇ ਵੀ ਟੂ ਨੇਸ਼ਨ ਦੀ ਥਿਉਰੀ ਦਾ ਨਹੀਂ ਪਾਕਿਸਤਾਨ ਦੀ ਮੰਗ ਨਹੀਂ ਕੀਤੀ ਸੀ ਜੀ ਜੀ ਉਹ ਵੀ ਮਤਲਬ ਜਿਹੜੀ ਹੈਗੇ ਮੁਲਕ ਦੀ ਆਜ਼ਾਦੀ ਦੀ ਗੱਲ ਕਰਦੇ ਹੁੰਦੇ ਸੀ ਮੁਸਲਮਾਨ ਹੂੰ ਹੂੰ ਅ ਸ਼ਾਇਰ ਇਕਵਾਲ ਜੀ ਅਲਾਮਾ ਇਕਵਾਲ ਵੀ ਕਹਿ ਦਿੰਦੇ ਹੈ ਹੂੰ ਹੂੰ ਉਹਨਾਂ ਨੇ ਗੀਤ ਲਿਖਿਆ ਸੀ ਸਾਰੇ ਜਹਾਂ ਸੇ ਅੱਛਾ ਹਿੰਦੁਸਤਾਨ ਹਮਾਰਾ ਜੀ ਜਿਹੜਾ ਬੰਦਾ ਸਾਰੇ ਜਹਾਂ ਸੇ ਅੱਛਾ ਹਿੰਦੁਸਤਾਨ ਦਾ ਮੁਰੀਦ ਹੋਵੇ ਹੂੰ ਹੂੰ ਉਹਦਾ ਮਦਈ ਹੋਵੇ ਤੇ ਜੇ ਉਹਦਾ ਵੀ ਫਿਰ ਪਾਕਿਸਤਾਨ ਦੇ ਹੱਕ ਵਿੱਚ ਹੋ ਜਾਏ ਤੇ ਉਹਦੀ ਜਿਹੜੀ ਇਹ ਹਿਰਦੇ ਤਬਦੀਲੀ ਹੈ ਜੀ ਜੀ ਜਿਹੜੀ ਉਹਦੇ ਮਨ ਦੇ ਵਿੱਚ ਇਹ ਤਬਦੀਲੀ ਆਈ ਹੈ ਦਾਨੀ ਵਾਲਿਆ ਸਾਹਿਬ ਕਿਉਂ ਆਈ ਇਸ ਕਰਕੇ ਆਈ ਕਿਉਂਕਿ ਇਸ ਦੇਸ਼ ਦੇ ਵਿੱਚ ਜਦੋਂ ਉਹਨਾਂ ਨੂੰ ਦੂਜੇ ਦਰਜੇ ਦੇ ਸ਼ਹਿਰੀ ਸਮਝਣ ਵਾਲੀ ਗੱਲ ਕਰ ਲੋਂਗੇ ਤੁਸੀਂ ਤੇ ਅੱਜ ਵੀ ਉਹੇ ਜਿਹੀਆਂ ਚੀਜ਼ਾਂ ਹੋ ਰਣਗੇ ਹਮ ਹਮ ਅੱਜ ਵੀ ਘਟ ਗਿੰਤੀਆਂ ਪ੍ਰਤੀ ਜਿਹੜਾ ਨਜ਼ਰੀਆ ਹੈਗਾ ਸਾਡੀਆਂ ਸਰਕਾਰਾਂ ਦਾ ਸਾਡੇ ਵੱਡੇ ਭਾਈਚਾਰਿਆਂ ਦਾ ਉਹਦਾ ਨਤੀਜਾ ਹੈ ਜੀ ਉਹ ਵੀ ਦੋਨੇ ਦੇਸ਼ ਅਲੱਗ-ਅਲੱਗ ਬਣ ਗਏ ਹਮ ਹਮ ਦਿਨ ਦੋਨੋਂ ਦੇਸ਼ ਅਲੱਗ-ਅਲੱਗ ਬਣ ਗਏ ਆਬਾਦੀ ਵੀ ਵੰਡੀ ਗਈ ਹਮ ਹਮ ਔਰ ਬਹੁਤ ਸਾਰਾ ਲਹੂ ਵੀ ਡੁੱਲਿਆ 10 ਲੱਖ ਪੰਜਾਬੀ ਐ ਦੋਨਾਂ ਪਾਸਿਆਂ ਦੇ ਮਾਰੇ ਗਏ ਮਾਰੇ ਗਏ ਔਰ ਜਿਹੜੇ ਘਰ ਘਾਟ ਲੋਕਾਂ ਦੇ ਉਜੜੇ ਬਰਬਾਦ ਹੋਏ ਤੇ ਉਜੜਾ ਉਜੜਾ ਅਜੇ ਤੱਕ ਵੀ ਜਾਰੀ ਐ ਇੱਕ ਵਾਰੀ ਜਦੋਂ ਤੁਹਾਡੇ ਕਿਥੋਂ ਪੈਰ ਉਖੜਦੇ ਹੋਏ ਜਾਣ ਨਾ ਚਲੋ ਸਾਬ ਦੂਜੇ ਥਾਂ ਲੱਗਦੇ ਨਹੀਂ ਨਾ ਠੀਕ ਐ ਹੁਣ ਆਪਾਂ ਇਹ ਦੇਖੋ ਕਿ ਜਿਹੜੇ ਬੰਦੇ ਪਾਕਿਸਤਾਨ ਚ ਉਜੜ ਕੇ ਆਏ ਸੀ ਅਜ ਲਤੀਫਪੁਰੇ ਦੇ ਵਿੱਚ ਵੀ ਉਜੜੇ ਦਾ ਸਾਹਮਣਾ ਕਰਨਾ ਪੈ ਰਿਹਾ ਉਹਨਾਂ ਨੂੰ ਚਲੋ ਸਾਬ ਤੁਸੀਂ ਗੱਲ ਤਾਂ ਛੇੜਤੀ ਤੁਹਾਨੂੰ ਮੈਂ ਗੱਲ ਇੱਕ ਸੁਣਾਉਣਾ ਹਾਂ ਸਾਡੇ ਪਿੰਡ ਦਾ ਦੋਤਾ ਸੀ ਜੀ ਉਛੜਾਈ ਮਰ ਗਿਆ ਜੀ ਕਾਰਨ ਕੀ ਹੋਇਆ ਹਮ ਜਿਹੜੇ ਸਾਡੇ ਬਜ਼ੁਰਗਾਂ ਦੇ ਘਰਾਂ ਚੋਂ ਫੁੱਫੜ ਜੀ ਸੀ ਉਹ ਪਾਕਿਸਤਾਨ ਚ ਜ਼ਮੀਨ ਜਾਇਦਾਦ ਬਹੁਤ ਚੰਗੇ ਸੀ ਠੀਕ ਹੈ ਜੀ ਕੁਛ ਮਾਰੇਗੇ ਕੁਛ ਟਿੰਗਦੇ ਟੈਂਦੇ ਤੇ ਚੰਦੂ ਸਾਬ ਇਸ ਹਾਰ ਦੇ ਵਿੱਚ ਉਹਨਾਂ ਨੂੰ ਕਾਗਜ਼ੇ ਪੱਤਰ ਜਮ੍ਹਾਂ ਹੋ ਗਏ ਜੀ ਹਜੇ ਇਸ ਹਾਰ ਤੋਂ ਉਹਨਾਂ ਨੂੰ ਕਿਤੇ ਸਰਸੇ ਕੰਨੀ ਜਾਇ ਦਰਜਮੀਨ ਜਾਇਦਾਦ ਦੀ ਗੱਲ ਕਰਦੇ ਸੀ ਹਮ ਤੇ ਰੈਸ਼ ਉਹਨਾਂ ਦੀ ਉਰਲੇ ਪਾਸੇ ਪੰਜਾਬ ਚ ਸੀ ਜੀ ਜ਼ਿਲ੍ਹਾ ਪੁਰਾਣਾ ਇਸਾਰ ਸੀ ਹਾਂ ਹਾਂ ਇਨੇ ਪੰਜਾਬ ਪਿੰਡੇ ਗਿਆ ਜੀ ਸ ਸ਼ਾਟ ਸਟਾਰਟ 4ਜੀ ਚੱਕੇ ਕਾਗਜ ਉਦੋਂ ਉਹਨਾਂ ਨੇ ਜਦ ਸਰਸਾ ਜ਼ਿਲ੍ਹਾ ਬਣ ਗਿਆ ਕੀ ਹੋਇਆ ਕਹਿਣ ਤੋਂ ਭਾਬੀ ਜੀ ਉਹ ਬੰਦਾ ਝੂਠੇ ਭਾਂਡੇ ਮਾਂਜਦਾ ਦਿਹਾੜੀਆਂ ਕਰਦਾ 11-1200 ਕਿੱਲੇ ਦਾ ਬੰਦਾ ਮਰ ਗਿਆ ਕਾਗਜ ਉਹਦੇ ਬਟਵਾਰਿਆਂ ਚ ਹੀ ਗਵਾਚ ਗਏ 47 67 70 ਪਤਾ ਨਹੀਂ ਕਿਹੜੇ ਕਿਹੜੇ ਬਟਵਾਰੇ ਚ ਅ ਇਹ ਬਿਲਕੁਲ ਇਹਦੇ ਨਾਲ ਹੀ ਮਿਲਦੀ ਜੁਲਦੀ ਗੱਲ ਹੈ ਹੁਣ ਆਪਾਂ ਕਰਨ ਜੋ ਲੱਗੇ ਆ ਪੰਜਾਬੀ ਦਾ ਇੱਕ ਬਹੁਤ ਵੱਡਾ ਸ਼ਹਿਰ ਹੋਇਆ ਜੀ ਜਿਉਂਦੇ ਜੀ ਉਹਦੀ ਕੋਈ ਜਿਹੜੀ ਹੈਗੀ ਕਿਤਾਬ ਨਹੀਂ ਸੀ ਪ੍ਰਕਾਸ਼ਿਤ ਹੋਈ ਹੂੰ ਹੂੰ ਉਹਦਾ ਨਾਮ ਹੈ ਬਿਸਮਿਲ ਫਰੀਦਕੋਟੀ ਜੀ ਬਿਸਮਿਲ ਫਰੀਦਕੋਟੀ ਭਾਰਤ ਤੇ ਪਾਕਿਸਤਾਨ ਦੀ ਵੰਡ ਤੋਂ ਪਹਿਲਾਂ ਹੂੰ ਹੂੰ ਕੁਝ ਮਹੀਨੇ ਪਹਿਲਾਂ ਹੀ ਜੀ ਜੀ ਪਾਕਿਸਤਾਨ ਦੇ ਵਿੱਚ ਪਟਵਾਰੀ ਭਰਤੀ ਹੋ ਗਿਆ ਸੀ ਅੱਛਾ ਜੀ ਪਟਵਾਰੀ ਭਰਤੀ ਹੋ ਗਿਆ ਤੇ ਉਧਰੋਂ ਵੰਡ ਹੋ ਗਈ ਹੂੰ ਹੂੰ ਮਹੀਨਾ ਦੋ ਮਹੀਨੇ ਉਹਨੇ ਨੌਕਰੀ ਕੀਤੀ ਸੀ ਤੇ ਉਹ ਬੰਦੇ ਨੂੰ ਛੱਡ ਕੇ ਇਧਰ ਆਉਣਾ ਪੈ ਗਿਆ ਜੀ ਇਧਰ ਆ ਕੇ ਉੱਟਕਿਆ ਫਰੀਦਕੋਟ ਹੂੰ ਹੂੰ ਔਰ ਫਰੀਦਕੋਟ ਆ ਕੇ ਉਹ ਬੰਦਾ ਰਿਕਸ਼ਾ ਚਲਾਉਣ ਲੱਗ ਗਿਆ ਅੱਛਾ ਜੀ ਰਿਕਸ਼ਾ ਚਲਾਉਂਦਾ ਚਲਾਉਂਦਾ ਜਿਹੜਾ ਉਹ ਲਖਾਰੀ ਸੀਗਾ ਉਹਦੇ ਵਿੱਚ ਹੁੰਦੀਆਂ ਜਿਹੜੀਆਂ ਕੋਮਲ ਭਾਵਨਾਵਾਂ ਸੀ ਉਹਦੇ ਵਿੱਚੋਂ ਜਿਹੜਾ ਹੈਗਾ ਕਵਤਾ ਨਿਕਲਦੀ ਸੀ ਰਵਾਈਆਂ ਨਿਕਲਦੀਆਂ ਸੀ ਔਰ ਉਹ ਬੰਦਾ ਜਿਹੜਾ ਫਿਰ ਉਹ ਰਿਕਸ਼ਾ ਚਲਾਉਂਦਾ ਚਲਾਉਂਦਾ ਉਸੇ ਪਾਸੇ ਨੂੰ ਗਿਆ ਤੇ ਨਾਲ ਉਹਨੇ ਕਿਹਾ ਮੈਂ ਆਪਦਾ ਹੱਕ ਕਿਉਂ ਨਾ ਮੰਗ ਲਾਂ ਜੀ ਤੇ ਦਾਨੇਵਾਲੀਆ ਸਾਹਿਬ ਉਹਨੇ ਭਾਰਤ ਤੇ ਪਾਕਿਸਤਾਨ ਦੀਆਂ ਸਰਕਾਰਾਂ ਨੂੰ ਚਿੱਠੀਆਂ ਲਿਖਣੀਆਂ ਸ਼ੁਰੂ ਕਰ ਦਿੱਤੀਆਂ ਅੱਛਾ ਜੀ ਕਿ ਮੇਰੀ ਤਨਖਾਹ ਰਹਿੰਦੀ ਹੈ ਭਾਈ ਮੇਰੀ ਤਨਖਾਹ ਦਿਓ ਹੂੰ ਹੂੰ ਤੇ ਪਤਾ ਲੱਗਿਆ ਕਿ ਜਿੰਨੀ ਉਹਦੀ ਤਨਖਾਹ ਸੀ ਉਸ ਤੋਂ ਵੱਧ ਦੀਆਂ ਉਹਨੇ ਟਿਕਟਾਂ ਹੀ ਲਾਤੀਆਂ ਸੀ ਦੱਸੋ ਤਨਖਾਹ ਤਾਂ ਕੀ ਮਿਲਨੀ ਸੀ ਚਲੋ ਉਹ ਬੰਦਾ ਫਿਰ ਬਾਅਦ ਦੇ ਵਿੱਚ ਮੈਂ ਭਾਰਤ ਦੇ ਵਿੱਚ ਪਹਿਲੀ ਰਿਕਸ਼ਾ ਯੂਨੀਅਨ ਬਣਾਉਣ ਵਾਲਾ ਉਹ ਬੰਦਾ ਹੈ ਹੂੰ ਪੰਜਾਬ ਦੇ ਵਿੱਚ ਪਹਿਲੀ ਰਿਕਸ਼ਾ ਯੂਨੀਅਨ ਉਹਦੀ ਬਣਾਈ ਵੀ ਸੀ ਹੂੰ ਔਰ ਉਹਦੀ ਫਿਰ ਜਿਹੜੇ ਮਰਨ ਤੋਂ ਬਾਅਦ ਉਹਦੀਆਂ ਰਵਾਈਆਂ ਉਹਦੀਆਂ ਨਜ਼ਮਾਂ ਫਿਰ ਉਹ ਬਾਅਦ ਦੇ ਵਿੱਚ ਜਿਹੜੀਆਂ ਉਹਦੇ ਸੱਜਣਾ ਮਿੱਤਰਾਂ ਨੇ ਪੈਸੇ ਇਕੱਠੇ ਕਰਕੇ ਜੈ ਜੈ ਤੋਲਾ ਜਿਹੜੀ ਉਹ ਗੀਤ ਸੀ ਨਾ ਵੀ ਗੱਲ ਸੋਚ ਕੇ ਕਰ ਤੂੰ ਜੈ ਸਰਦਾਰ ਜੈਲਦਾਰ ਅਸਾਂ ਨਾ ਤੇਰੀ ਅਸਾਂ ਨਹੀਂ ਉਹ ਟਰੱਕ ਉਹ ਜਿਹੜੀ ਰਿਕਸ਼ਾ ਜੂਨੀਅਨ ਉਸੇ ਦੀ ਬਣਾਈ ਉਸੇ ਉਸੇ ਦੀ ਬਣਾਈ ਸੀ ਠੀਕ ਹੈ ਨਾ ਉਹ ਬੈਸੀ ਤਾਂ ਪੈਂਦਾ ਨਾ ਵੀ ਦੀਪਕ ਜਤੋਈ ਦਾ ਲਿਖੀ ਹਾਂ ਜਤੋਤ ਜਤੋਈ ਬਣਿਆ ਸੀ ਨਾ ਅਸਲ ਦੇ ਵਿੱਚ ਉਹ ਦੀਪਕ ਜਤੋਈ ਨਹੀਂ ਉਹ ਜਿਹੜੀ ਬਿਸਮਿਲ ਫਰੀਦਕੋਟੀ ਦਾ ਲਿਖਿਆ ਹੋਇਆ ਸੀ ਉਹ ਫਿਰ ਉਹਨਾਂ ਦੀ ਦੋਸਤੀ ਸੀ ਤੇ ਉਹਨਾਂ ਨੇ ਖਾਣ ਪੀਣ ਸਾਂਝਾ ਸੀਗਾ ਤੇ ਉਹ ਉਹਦੇ ਤੇ ਹੋ ਗਿਆ ਸੀ ਸੋ ਉਹ ਬੰਦੇ ਨੇ ਬਾਅਦ ਦੇ ਵਿੱਚ ਫਿਰ ਜਿਹੜੀਆਂ ਜੀ ਉਹਦਾ ਮੈਂ ਤੁਹਾਨੂੰ ਇੱਕੋ ਹੀ ਗੱਲ ਦੱਸਦਾ ਵੀ ਇੱਕ ਵਾਰੀ ਫਰੀਦਕੋਟ ਪੁਰਾਣੇ ਸਟੂਡੈਂਟਸ ਦਾ ਇੱਕ ਕੋਈ ਮਸ਼ਹਰਾ ਹੋਇਆ ਉੱਥੇ ਇੱਕ ਸਮਾਗਮ ਸੀ ਉਹਦੇ ਵਿੱਚ ਇੱਕ ਮਸ਼ਹਰਾ ਹੋਇਆ ਤੇ ਉਸ ਮਸ਼ਹਰੇ ਦੇ ਵਿੱਚ ਬਹੁਤ ਵੱਡੇ ਵੱਡੇ ਲੋਕ ਆਏ ਜੀ ਜਦੋਂ ਬਹੁਤ ਵੱਡੇ ਵੱਡੇ ਲੋਕ ਆਏ ਤੇ ਬਿਸਮਿਲ ਫਰੀਦ ਕੋਟੀ ਵੀ ਉੱਥੇ ਪਹੁੰਚਿਆ ਔਰ ਰਿਕਸ਼ਾ ਚਲਾ ਕੇ ਵਿਚਾਰਾ ਜਾ ਕੇ ਬਹਿ ਗਿਆ ਇੱਕ ਪਾਸੇ ਜਿਉ ਕੇ ਤੇ ਜਦੋਂ ਪ੍ਰੋਫੈਸਰ ਮੋਹਨ ਸਿੰਘ ਗਾਉਣਾ ਆਪਣਾ ਕਲਾਮ ਆਪਦਾ ਪੇਸ਼ ਕਰਨ ਲੱਗੇ ਜੀ ਪ੍ਰੋਫੈਸਰ ਮੋਹਨ ਸਿੰਘ ਜੀ ਜਾਂ ਹਾਸਾ ਸਿੰਘ ਸੀ ਕੋਈ ਉਹਨਾਂ ਨੇ ਕੁਛ ਇਸ ਕਿਸਮ ਦਾ ਕੋਈ ਜਿਹੜਾ ਆਪਣਾ ਕਲਾਮ ਪੇਸ਼ ਕੀਤਾ ਜਿਹਦੇ ਜਿਹੜਾ ਸੈਟੀਸਫਾਈਡ ਨਹੀਂ ਕਰ ਰਿਹਾ ਸੀਗਾ ਆਡੀਅנס ਤੇ ਆਡੀਅנס ਨੇ ਉਹਦੇ ਚ ਹੂਟਿੰਗ ਕਰਤੀ ਮੰਚ ਚ ਸੰਚਾਲਕ ਨੇ ਕਹਿਤਾ ਕਿ 19 ਡੇਰ ਤੱਕ ਮੈਂ ਕਿਸੇ ਵੱਡੇ ਸ਼ਹਿਰ ਨੂੰ ਨਹੀਂ ਬੁਲਾਉਂਗਾ ਜਿੰਨੀ ਦੇਰ ਤੁਸੀਂ ਚੁੱਪ ਨਹੀਂ ਕਰਦੇ ਤੇ ਬਿਸਮਿਲ ਫਰੀਦ ਕੁੱਟੀ ਜੀ ਤੁਸੀਂ ਆਓ ਤੇ ਤੁਸੀਂ ਆਪਣੀ ਗੱਲ ਕਹੋ ਜੀ ਦੰਨਿਆਗੇ ਸਭ ਬੰਦਾ ਉੱਠਿਆ ਆਪਦੇ ਸ਼ਹਿਰ ਤੋਂ ਗਿਆ ਗਿਆ ਜਾ ਕੇ ਮਤਲ ਤੁਸੀਂ ਦੇਖੋ ਸ਼ਹਿਰ ਤੋਂ ਉੱਠ ਕੇ ਤੇ ਮੰਚ ਤੱਕ ਜਾਣ ਦੇ ਉੱਤੇ ਕਿੰਨਾ ਪਲ ਲੱਗਦੇ ਹੈ ਕੁਛ ਹੂੰ ਹੂੰ ਉਹ ਕੁਛ ਪਲਾਂ ਚ ਉੱਥੇ ਪਹੁੰਚ ਕੇ ਤੇ ਉਹਨਾਂ ਪਲਾਂ ਦੇ ਵਿੱਚ ਹੀ ਜਿਹੜੀ ਉਹਦੀ ਗੈਰਤ ਨੂੰ ਟੰਬਿਆ ਸੀ ਜੀ ਕਿ ਵੱਡਾ ਕੋਈ ਸ਼ਹਿਰ ਨਹੀਂ ਆਊਗਾ ਤੇ ਬਿਸਮਿਲ ਫਰੀਦ ਕੁੱਟੀ ਤੂੰ ਆਪਣੀ ਗੱਲ ਕਹਿ ਹੂੰ ਹੂੰ ਉਹਨੇ ਫਿਰ ਉੱਥੇ ਜਾ ਕੇ ਗੱਲ ਕਹੀ ਬੈਠੇ ਆ ਉਹ ਵੱਡੇ ਵੱਡੇ ਹੈ ਦੌਰ ਨਮਾਹੀਰ ਪੁਰਾਣੀ ਨਾ ਸੁਣੋ ਅੱਛਾ ਹੈ ਦੌਰ ਹੈ ਦੌਰ ਨਮਾ ਹੀਰ ਪੁਰਾਣੀ ਨਾ ਸੁਣੋ ਜੀ ਦੁੱਖ ਚਾਕ ਦਾ ਸਹਦੇ ਦੀ ਜ਼ੁਬਾਨੀ ਨਾ ਸੁਣੋ ਛੇੜੀ ਆ ਜਮਾਨੇ ਨੇ ਅਬਾਹਾਂ ਦੀ ਕਥਾ ਲੋਕਾਂ ਦੇ ਹੱਥ ਕਰਕੇ ਕਹਿੰਦਾ ਛੇੜੀ ਆ ਜਮਾਨੇ ਨੇ ਅਬਾਹਾਂ ਦੀ ਕਥਾ ਲੋਕਾਂ ਦੀ ਕਥਾ ਛੇੜੀ ਹੈ ਹਾਂ ਪ੍ਰੋਫੈਸਰ ਮੋਹਨ ਸਿੰਘ ਹੋਰੀ ਜਿੱਥਰ ਨੂੰ ਬੈਠੇ ਸੀ ਵੱਡੇ ਵੱਡੇ ਮੈਂ ਉਧਰੋਂ ਹੱਥ ਕਰਕੇ ਦਾ ਰਾਜੇ ਤਿੰਨ ਬਾਬਾਂ ਦੀ ਕਹਾਣੀ ਨਾ ਸੁਣ ਗਾਣੀ ਨਾ ਸੁਣ ਜਿਨ੍ਹਾਂ ਨੇ ਰਵਾਈ ਪੜ੍ਹੀ ਸੁਸਰੀ ਨੂੰ ਸੌਂਗੇ ਲੋਕ ਪ੍ਰੋਫੈਸਰ ਮੋਨ ਸਿੰਘ ਖੜੇ ਹੋਏ ਉਹਨਾਂ ਨੇ ਗੋਡੀਆਂ ਥਰਾਈ ਉਹਦੇ ਜਫੀ ਚ ਲਿਆ ਹਮਮ ਔਰ ਉਹਨੇ ਨਾਲ ਦੀ ਨਾਲ ਮਾਈਕ ਤੇ ਖੜ ਕੇ ਮੰਚ ਸੰਚਾਲਕ ਨੂੰ ਡਾਂਟਿਆ ਹਮ ਕਿ ਐਸ ਬੰਦੇ ਨੂੰ ਤੁਸੀਂ ਕਹਿੰਦੇ ਇਹ ਲੋਕ ਕਵੀ ਹੈ ਅਸੀਂ ਕਿਤਾਬੀ ਕਵੀ ਆ ਇਹ ਲੋਕ ਕਵੀ ਹੈ ਮਤਲਬ ਆਪਾਂ ਗੱਲ ਕਰਦੇ ਕਿ ਕਿੰਨੀਆਂ ਤਰਾਸਦੀਆਂ ਹੁਣ ਉਹ ਬੰਦਾ ਜੇ ਕਿਤੇ ਉਧਰ ਰਹਿੰਦਾ ਤੇ ਮੇਰਾ ਖਿਆਲ ਆ ਵੀ ਉਹ ਹੋਰ ਕੁਛ ਬਾਲਾ ਦਾ ਤਾਂ ਤਸੀਲਦਾਰ ਤਾਂ ਘੱਟੋ ਘੱਟ ਰੱਡਾ ਰਹਿੰਦਾ ਹੀ ਨਾ ਸੋ ਆਪਾਂ ਇਹ ਗੱਲ ਕਰਦੇ ਸੀਗੇ ਕਿ ਜਿਹੜੀ ਇਹ ਪਾਕ ਹਾਂ ਪਾਕਿਸਤਾਨ ਦਾ ਤੇ ਜਿਹੜਾ ਹੈਗਾ ਭਾਰਤ ਦਾ ਜਿਹੜਾ ਪਿਆਰ ਹੈ ਆਪਸ ਵਿੱਚ ਲੋਕਾਂ ਦਾ ਪਿਆਰ ਤਾਂ ਅੱਜ ਵੀ ਹੈਗਾ ਲੋਕ ਤਾਂ ਅੱਜ ਵੀ ਤਾਂਗ ਦੇਖ ਦੂਦੇ ਨੂੰ ਹਾਂ ਕੋਈ ਕਹਿੰਦਾ ਵੀ ਲਾਹੌਰ ਤੇ ਜਿਹੜੀ ਅੰਮ੍ਰਿਤਸਰ ਦੀ ਮੇਲ ਕਰਾ ਦੇ ਰੱਬਾ ਦਿੱਲੀ ਤੇ ਇਹ ਸਾਰੀਆਂ ਗੱਲਾਂ ਹੁੰਦੀਆਂ ਇਹਦੇ ਤੇ ਇਸ ਵੇਲੇ ਪਾਕਿਸਤਾਨ ਦੀ ਹਾਲਤ ਬਹੁਤ ਮਾੜੀ ਹੈ ਕ੍ਰਾਈਸਿਸ ਬੜਾ ਕ੍ਰਾਈਸਿਸ ਲੋਕ ਦੁੱਧ ਜਾਵੜਾ ਜੀ ਬਿਲਕੁਲ ਜੀ ਸਾ ਖਾਸ ਕਰਕੇ ਜਿਹੜਾ ਆٹے ਦਾ ਰੇਟ ਬਹੁਤ ਜ਼ਿਆਦਾ ਹੋਇਆ ਹ ਹ ਆਮ ਬੰਦੇ ਲਈ ਰੋਟੀ ਖਾਣੀ ਮੁਸ਼ਕਲ ਹੋਈ ਵੀ ਹੈ ਹ ਹ ਇਸ ਮੌਕੇ ਤੇ ਦੋ ਬਿਆਨ ਹੈ ਮੇਰੇ ਸਾਹਮਣੇ ਹੁਣ ਇੱਕ ਨਹੀਂ ਭਗਵੰਤ ਸਿੰਘ ਮਾਨ ਦਾ ਬਿਆਨ ਛੱਡ ਦਿਓ ਭਗਵੰਤ ਸਿੰਘ ਮਾਨ ਭਗਤ ਸਿੰਘ ਦੇ ਵਾਰਿਸ ਕਹੋਂਦੇ ਆਪਦੇ ਆਪ ਇਹਨਾਂ ਦੇ ਪੱਗ ਵੀ ਜਿਹੜੀ ਹੈਗੀ ਆ ਬਸੰਤੀ ਬਣੀ ਹੈ ਭਗਤ ਸਿੰਘ ਦੇ ਰੰਗ ਵਾਲੀ ਤੇ ਸੌ ਵੀ ਜਾ ਕੇ ਇਹਨਾਂ ਨੇ ਮੁੱਖ ਮੰਤਰੀ ਦੇ ਪਦ ਦੀ ਕਿੱਥੇ ਚੁੱਕੀ ਸੀ ਖਟਖੜ ਖਟਖੜ ਉਹ ਤਾਂ ਜੀ ਹੈਗੇ ਭਗਤ ਸਿੰਘ ਦੇ ਵਾਰਿਸ ਹੂੰ ਹੂੰ ਤੇ ਜਿਹੜਾ ਸੁਨੀਲ ਕੁਮਾਰ ਜਾਖੜਾ ਹੈ ਹੂੰ ਹੂੰ ਸੁਨੀਲ ਕੁਮਾਰ ਜਾਖੜ ਤਾਂ ਕਾਂਗਰਸੀ ਹੁੰਦਾ ਸੀ ਸੈਕੂਲਰ ਹੂੰ ਹੂੰ ਉਹ ਹੁਣ ਭਾਰਤੀ ਜਨਤਾ ਪਾਰਟੀ ਸ਼ਾਮਲ ਹੋ ਗਿਆ ਹੂੰ ਹੂੰ ਸੁਨੀਲ ਕੁਮਾਰ ਜਾਖੜ ਹੋਰਾਂ ਦਾ ਜਿਹੜਾ ਪਿੰਡ ਹੈ ਮੇਰਾ ਖੈਲਾ ਵੀ ਉਹ ਆਰਡਰ ਦੇ ਨੇੜੇ ਪੰਜ ਕੋਸੀ ਸਾਡੇ ਨਾਲ ਹੀ ਹੈ ਤੁਹਾਡੇ ਨਾਲ ਹੀ ਹੈ ਇਹਨਾਂ ਦਾ ਪਿੰਡ ਜਿਹੜਾ ਹੈਗਾ ਮਾਲਵੇ ਦੇ ਐਂ ਧੁੰਨੀ ਦੇ ਵਿੱਚ ਹੈ ਹਮਮ ਅਗਰ ਕੋਈ ਐਸ்சி ਬੀਐਸਸੀ ਗੜਬੜ ਹੁੰਦੀ ਹੈ ਤੇ ਉਹ ਸੰਤਾਪ ਉਹ ਜਿਹੜਾ ਸੇਕ ਜਿਆਦਾ ਉਹਨਾਂ ਨੂੰ ਤੁਹਾਨੂੰ ਲੱਗਦਾ ਤੁਹਾਨੂੰ ਸੇਕ ਲੱਗਣਾ ਜਾਖੜ ਹੋਰਾਂ ਨੂੰ ਸੇਕ ਲੱਗਣਾ ਜਾਖੜ ਹੋਰਾਂ ਨੇ ਵੀ ਸਟੇਟਮੈਂਟ ਦਿੱਤੀ ਐ ਹਮਮ ਜਾਖੜੋਰੀ ਕਹਿੰਦੇ ਐ ਕਿ ਸਾਡੀ ਪਾਕਿਸਤਾਨ ਨਾਲ ਲੱਖ ਦੁਸ਼ਮਣੀ ਹੈ ਹਮਮ ਕੱਟੜ ਦੁਸ਼ਮਣੀ ਹੈ ਰਹਿਣੀ ਚਾਹੀਦੀ ਐ ਰੱਖੋ ਰੱਖੋ ਪਰ ਉਹ ਸਾਡਾ ਗੁਆਂਡੀ ਵੀ ਹੈ ਹੂੰ ਹੂੰ ਇਸ ਵੇਲੇ ਉੱਥੇ ਬਹੁਤ ਵੱਡਾ ਸੰਕਟ ਹੈ ਖੁਰਾਕੀ ਸੰਕਟ ਹੈ ਖੁਰਾਕੀ ਸੰਕਟ ਹੈ ਹੂੰ ਹੂੰ ਔਰ ਮਾਨਵਤਾ ਨੂੰ ਮੱਦੇ ਨਜ਼ਰ ਰੱਖਦੇ ਆ ਸਾਨੂੰ ਚਾਹੀਦਾ ਕਿ ਅਸੀਂ ਉਹਨਾਂ ਦੀ ਮਦਦ ਕਰੀਏ ਉਹਨਾਂ ਦੀ ਮਦਦ ਕਰੀਏ ਬਾਰਡਰ ਇਧਰੋਂ ਖੁੱਲ ਗਏ ਇਹ ਸੁਨੀਲ ਕੁਮਾਰ ਜਾਖੜ ਜਿਹੜਾ ਭਾਰਤੀ ਜਨਤਾ ਪਾਰਟੀ ਦੀ ਕੌਮੀ ਐਗਜ਼ੀਕਟਿਵ ਦਾ ਮੈਂਬਰ ਹੈ ਟਿੱਲੋ ਸਾਹਿਬ ਤੁਰਕੀ ਤੇ ਜਰਮੀਨੀਆ ਦਾ ਬਾਰਡਰ ਖੁੱਲ ਸਕਦਾ 35 ਸਾਲ ਬਾਅਦ ਜਿਹੜੇ ਕੱਟੜ ਦੁਸ਼ਮਣ ਸੀ ਅਸੀਂ ਤਾਂ ਉਹਨੇ ਦੁਸ਼ਮਣ ਹੀ ਹਾਂ ਇਹ ਉਹਨਾਂ ਦਾ ਹੈ ਉਹ ਕਹਿੰਦਾ ਜੀ ਉਹਨਾਂ ਨੂੰ ਰਾਸ਼ਨ ਪਾਣੀ ਜ਼ਰੂਰ ਦੇ ਲੋਕ ਉੱਥੇ ਰੋਟੀ ਤਾਂ ਖਾ ਤੇ ਭਗਵਾਨ ਜੋਮਾਨ ਹੋਰਾਂ ਨੇ ਕੱਲੋ ਪ੍ਰੈਸ ਕਾਨਫਰੰਸ ਕੀਤੀ ਸੀ ਉੱਥੇ ਕਿਸੇ ਨੇ ਸਵਾਲ ਪੁੱਛ ਲਿਆ ਉਹ ਕਹਿੰਦੇ ਸਵਾਲ ਹੀ ਨਹੀਂ ਪੁੱਛਦਾ ਹਾਂ ਹਾਂ ਅਸੀਂ ਪਾਕਿਸਤਾਨ ਦੇ ਨਾਲ ਕੁਝ ਨਹੀਂ ਕਹਿੰਦੇ ਕਰਨਾ-ਕਰਨਾ ਕੁਝ ਨਹੀਂ ਅਸੀਂ ਨਾਲ ਵਪਾਰ ਵਗੈਰਾ ਖੋਲਣਾ ਮਤਲਬ ਹੀ ਨਹੀਂ ਕਿਉਂ ਖੋਲਗੇ ਕਹਿੰਦੇ ਹੂੰ ਇਹ ਤਾਂ ਕਹਿੰਦੇ ਸਾਡੇ ਬਰੂਧ ਦਿੰਦੇ ਇਹ ਸਾਨੂੰ ਜ਼ਹਿਰ ਭੇਜਦੇ ਨਸ਼ਿਆਂ ਦੇ ਰੂਪ ਦੇ ਵਿੱਚ ਮਾਫ ਕਰਨਾ ਜੀ ਏਜੰਸੀਆਂ ਦੋਨਾਂ ਦੇਸ਼ਾਂ ਦੀਆਂ ਕੋਈ ਕੱਲੀਆਂ ਕੋਈ ਕੱਟ ਨਹੀਂ ਹੁੰਦਾ ਹਰ ਬੰਦਾ ਜਿਹੜਾ ਹੈਗਾ ਜੇ ਤੁਹਾਨੂੰ ਤੁਹਾਡੀ ਦੁਸ਼ਮਣੀ ਪੈ ਜੇ ਹੂੰ ਹੂੰ ਤੇ ਦੁਸ਼ਮਣ ਦੇ ਵਿੱਚ ਦੁਸ਼ਮਣੀ ਪੈਣ ਤੋਂ ਦੁਸ਼ਮਣ ਕੋਈ ਘਟ ਨਹੀਂ ਹੁੰਦਾ ਜੀ ਸਾਰੇ ਆਪਣੇ ਮੰਨਾਂ ਦੀਆਂ ਪੋਲਾਂ ਲਾਉਂਦੇ ਆਪਣੇ ਪੰਜਾਬੀ ਦੇ ਵਿੱਚ ਕਹਾਵਤ ਹੈ ਹੂੰ ਹੂੰ ਕਿ ਸ਼ਰੀਕੇ ਦੇ ਵਿੱਚ ਜੇ ਥੋੜਾ ਸ਼ਰੀਕ ਹੈ ਨਾ ਜਿਹੜਾ ਉਹ ਕਸਰ ਕੋਈ ਨਹੀਂ ਛੜਦਾ ਬਸ ਇੱਕੋ ਹੀ ਕਸਰ ਰਹਿੰਦਾ ਸੇਰਾ ਨਹੀਂ ਬੰਦਾ ਸੇਰਾ ਸੇਰਾ ਨਹੀਂ ਬੰਦਾ ਪਰ ਕੋਈ ਕਸਰ ਨਹੀਂ ਛੜਦਾ ਉਹ ਦੋਨੇ ਤਰ੍ਹਾਂ ਇੱਕੋ ਜਿਹੇ ਹੁੰਦੇ ਗਏ ਪਰ ਇਸ ਮੌਕੇ ਦੇ ਉੱਤੇ ਭਗਵਾਨ ਸੋ ਮੰਨ ਨੂੰ ਇਹ ਨਹੀਂ ਸਿੱਖਣਾ ਚਾਹੀਦਾ ਕਿਉਂਕਿ ਹੂੰ ਹੂੰ ਜੇ ਭਾਰਤ ਤੇ ਪਾਕਿਸਤਾਨ ਦੀ ਦੁਸ਼ਮਣੀ ਹੁੰਦੀ ਹੈ ਇਹ ਤੋਂ ਬਾਅਦ ਅਗਲੀ ਗੱਲ ਮੈਂ ਕਹੂੰਗਾ ਸਿਮਰਜੀਤ ਸਿੰਘ ਮਾਨ ਬਾਰੇ ਉਹ ਵੀ ਮਾਨ ਹੈ ਜੀ ਦਨੇੜੀਆ ਸਭ ਸਿਮਰਜੀਤ ਸਿੰਘ ਮਾਨ ਹੋਰਾਂ ਨੇ ਬਹੁਤ ਸਾਲ ਪਹਿਲਾਂ ਉਹਦੋਂ ਸ਼ਾਇਦ ਪਾਰਲੀਮੈਂਟ ਦੇ ਮੈਂਬਰ ਵੀ ਨਿਊ ਬਣੇ ਸੀ ਹਮ ਹਮ ਉਹਨਾਂ ਨੇ ਪੰਜਾਬ ਦੇ ਵਿੱਚ ਦੋ ਥਾਵਾਂ ਦੇ ਉੱਤੇ ਧਰਨੇ ਦਿੱਤੇ ਸੀ ਜੀ ਇੱਕ ਧਰਨਾ ਦਿੱਤਾ ਸੀ ਉਹਨਾਂ ਨੇ ਜਲੰਧਰ ਹਮ ਹਮ ਡਿਪਟੀ ਕਮਿਸ਼ਨਰ ਦੇ ਦਫ਼ਤਰ ਦੇ ਸਾਹਮਣੇ ਤੇ ਇੱਕ ਦਿੱਤਾ ਸੀ ਉਹਨਾਂ ਨੇ ਵੀ ਠੰਡੇ ਡਿਪਟੀ ਕਮਿਸ਼ਨਰ ਦੇ ਦਫ਼ਤਰ ਦੇ ਸਾਹਮਣੇ ਮੈਨੂੰ ਪ੍ਰੈਸ ਕਾਨਫਰੰਸ ਜਿਹੜੀ ਸੀ ਉਹਨਾਂ ਦੀ ਕਵਰ ਕੀਤੀ ਸੀ ਪ੍ਰੈਸ ਕਾਨਫਰੰਸ ਵੀ ਕੀਤੀ ਸੀ ਜਾ ਕੇ ਸੀ ਉਹਨਾਂ ਨੂੰ ਮਿਲੇ ਵੀ ਹਮ ਹਮ ਔਰ ਉਹਨਾਂ ਨੇ ਸਵਾਲ ਕੀਤਾ ਸੀ ਵੀ ਤੁਸੀਂ ਇਹ ਧਰਨੇ ਕਾਹਦੀ ਖਤਰ ਦਿੱਤੇ ਉਹਨਾਂ ਨੇ ਕਿਹਾ ਜੀ ਸੀ ਪਰਮਾਣੂ ਜੰਗ ਦੇ ਖਿਲਾਫ ਧਰਨੇ ਦੇ ਰਹੇ ਦਿੱਤੇ ਮੇਰਾ ਸਵਾਲ ਸੀ ਵੀ ਮਾਨ ਸਾਹਿਬ ਪਰਮਾਣੂ ਜੰਗ ਜਿਹੜਾ ਹੈਗਾ ਉਹ ਤਾਂ ਦਿੱਲੀ ਨੇ ਫੈਸਲਾ ਕਰਨਾ ਹਮ ਹਮ ਤੁਸੀਂ ਡੀਸੀ ਬਠਿੰਡੇ ਦੇ ਸਾਹਮਣੇ ਦੇ ਜਾਨੇ ਉਹ ਕਹਿੰਦੇ ਨਹੀਂ ਹਮ ਇਹ ਸਾਡੇ ਧਰਨੇ ਸੰਕੇਤਕ ਹੈ ਉਸ ਬਰੂਦ ਦੇ ਖਿਲਾਫ ਹਮ ਜਿਹੜਾ ਬਰੂਦ ਪਾਕਿਸਤਾਨ ਦੀ ਤਬਾਹੀ ਕਰੂਗਾ ਜਿਹੜਾ ਬਰੂਦ ਸਾਡੀ ਤਬਾਹੀ ਦਾ ਕੇਂਦਰ ਬਣੂਗਾ ਐਟਮੀ ਹਮ ਮੇਘਾਦੀ ਉਕਮੇ ਉਹ ਕਹਿੰਦੇ ਦੋ ਮੇਨ ਹਵਾਈ ਅਡੇ ਐ ਆਦਮਪੁਰ ਤੇ ਪਠਾਨਕੋ ਬਠਿੰਡਾ ਬਠਿੰਡਾ ਜਿੱਥੇ ਪਰਮਾਣੂ ਮਜ਼ਾਈਲਾਂ ਤਨਾਨਾਤ ਕੀਤੀਆਂ ਜਾ ਸਕਦੀਆਂ ਇੱਥੇ ਕੀਤੀਆਂ ਹੋਣਗੀਆਂ ਕਹਦੇ ਹੂੰ ਇਹ ਕਹਿੰਦੇ ਹੋ ਸਕਦੀ ਹੈ ਇਸ ਕਰਕੇ ਅਸੀਂ ਸੰਕੇਤਕ ਤੌਰ ਤੇ ਇਹ ਤਾਂ ਦਿੰਦੇ ਆ ਕਿ ਅਸੀਂ ਲੋਕ ਜਿਹੜੇ ਐ ਜੰਗ ਨਹੀਂ ਚਾਹੁੰਦੇ ਅਸੀਂ ਅਮਨ ਚਾਹੁੰਨੇ ਆ ਅਮਨ ਚਾਹੁੰਨੇ ਆ ਜੇ ਜੰਗ ਹੋਊਗੀ ਤਾਂ ਤਬਾਹੀ ਦੋਨਾਂ ਪੰਜਾਬਾਂ ਦੀ ਹੋਊ ਲਹਿੰਦੇ ਪੰਜਾਬ ਦੀ ਵੀ ਤੇ ਚੜ੍ਹਦੇ ਪੰਜਾਬ ਦੀ ਇਸ ਕਰਕੇ ਸਾਨੂੰ ਤਾਂ ਲੋੜ ਅਮਨ ਦੀ ਬੱਬਾ ਨੇ ਬਾਰਡਰ ਨਹੀਂ ਨਾ ਦੇਖਣੇ ਹਾਂ ਸਾਨੂੰ ਅਮਨ ਦੀ ਲੋੜ ਹੈ ਪੰਜਾਬੀਆਂ ਨੂੰ ਪੰਜਾਬੀ ਕਿਸੇ ਵੀ ਪਾਸੇ ਬੈਠੇ ਸਤ ਅਮਨ ਦੇ ਹਾਮੀ ਆ ਸਾਡੇ ਗੁਰੂ ਨਾਨਕ ਦੇਵ ਜੀ ਸਾਹਿਬ ਪੰਜਾਬ ਅਮਨ ਦੇ ਹਾਮੀ ਆ ਹੁਣ ਤੁਸੀਂ ਦੱਸੋ ਕਿ ਜਿੱਥੇ ਗੁਰੂ ਨਾਨਕ ਦੇਵ ਜੀ ਸਾਹਿਬ ਪੈਦਾ ਹੋਏ ਕਿੱਥੇ ਹੋਏ ਜੀ ਨਲਕਾਣਾ ਸਾਹਿਬ ਜੋਤੀ ਜੀਉਤ ਕਿੱਥੇ ਸਮਾਏ ਕਿੱਥੇ ਆਖਰੀ ਸਮਾ ਕਰਤਾਰਪੁਰ ਸਾਹਿਬ ਉਹਨਾਂ ਦੇ ਨਾਲ ਅਸੀਂ ਕੋਈ ਸੰਬੰਧ ਨਹੀਂ ਰੱਖਾਂਗੇ ਮੈਨੂੰ ਤਾਂ ਮੈਂ ਤਾਂ ਭਲਾ ਹੋਵੇ ਨਵਜੋਤ ਸਿੱਧੂ ਦਾ ਜਿਨ੍ਹਾਂ ਨੇ ਬੁਹਾ ਆਪਣਾ ইমরান ਖਾਨ ਦਾ ਜਿਨ੍ਹਾਂ ਦੀ ਦੋਸਤੀ ਦੀ ਬਦੌਲਤ ਕਿ ਸ਼ੁਰੂਆਤ ਹੋਈ ਬੁਹਾ ਖੁੱਲ ਗਿਆ ਉਹ ਬੁਹਾ ਖੁੱਲ ਗਿਆ ਜਿਹੜਾ ਕਰਤਾਰਪੁਰ ਸਾਹਿਬ ਦਾ ਲਾਂਗਾ ਖੁੱਲ ਗਿਆ ਉਹਦਾ ਕਰਤਾਰਪੁਰ ਸਾਹਿਬ ਦਾ ਲਾਂਗਾ ਖੁੱਲਣ ਤੋਂ ਬਾਅਦ ਦੋਨਾਂ ਦੇਸ਼ਾਂ ਦੀ ਇਹ ਵਿੱਚ ਜਿਹੜੀ ਕੁੜਤਨ ਸੀ ਉਹ ਕਿੰਨੀ ਘਟੀ ਹੈ ਜੀ ਜੀ ਲੋਕਾਂ ਦੀ ਕੁੜਤਨ ਘਟੀ ਆਜੀ ਤੁਸੀਂ ਵੇਖੋ ਹਮ ਹਮ ਅੱਜ ਮੈਂ ਖਬਰ ਪੜ ਰਿਹਾ ਸੀ ਜੀ ਕਿ ਪਾਕਿਸਤਾਨ ਵਾਲੇ ਪਾਸੋਂ ਕੁਝ ਜਥੇ ਆਏ ਐ ਹਮ ਹਮ ਪਾਕਿਸਤਾਨ ਵਾਲੇ ਪਾਸੋਂ ਕੁਝ ਜਥੇ ਆਏ ਐ ਹਮ ਹਮ ਔਰ ਉਹ ਜਥੇ ਜਿਹੜੇ ਹੈਗੇ ਆ ਦੋਨੇ ਕਿਸਮ ਦੇ ਐ ਜੀ ਜਿਦੇ ਵਿੱਚ ਹਿੰਦੂ ਵੀ ਆਏ ਐ ਤੇ ਮੁਸਲਮਾਨ ਵੀ ਆਏ ਹਮ ਹਮ ਉਹਨਾਂ ਨੇ ਜਿਹੜੇ ਹੈਗੇ ਐ ਜਿਹੜੇ ਇੱਧਰ ਰਹਿ ਗਏ ਆਪਣੇ ਤੁਹਾਡੇ ਮੰਦਰ ਤੇ ਜਿਹੜੀਆਂ ਮਸਜਿਦ ਐ ਉਹਨਾਂ ਦੇ ਦਰਸ਼ਨਾ ਵਾਸਤੇ ਆਏ ਵੇ ਹਮ ਹਮ ਔਰ ਸਾਨੂੰ ਤਾਂ ਚਾਹੀਦਾ ਕਿ ਇਸ ਕਿਸ ਤਰ੍ਹਾਂ ਦਾ ਮਾਮਲਾ ਹੋਵੇ ਹਮ ਪਰ ਅਸੀਂ ਪਤਾ ਨਹੀਂ ਕਿਹੜੇ ਰਾ ਪੈ ਰਹੇ ਹਾਂ ਜੀ ਸੋ ਇਹ ਸਨ ਗੱਲਬਾਤ ਅਸੀਂ ਜਿਹੜੀ ਕੀਤੀ ਤੇ ਹੁਣ ਗੱਲਬਾਤ ਕਰਦੇ ਹਾਂ ਢਿੱਲੋ ਸਾਹਿਬ ਗਵਰਨਰ ਤੇ ਸੀਐਮ ਦੀ ਕਹਿੰਦੇ ਠੰਡੀ ਜੰਗ ਹੁੰਦੀ ਐ ਗੱਲ ਤਾਂ ਇਹ ਮੁਹਾਵਰਾ ਐ ਪਰ ਅੱਜ ਕੱਲ੍ਹ ਇਹ ਠੰਡੀ ਜੰਗ ਨਹੀਂ ਪੂਰੀ ਗਰਮ ਜੰਗ ਐ ਬਿਲਕੁਲ ਜੀ ਜੰਗ ਵਾਵਾ ਗਰਮ ਹੋਗੀ ਥੋੜੀ ਨਹੀਂ ਹਮ ਹਮ ਅਸਲ ਦੇ ਵਿੱਚ ਪਹਿਲਾਂ ਪਹਿਲਾਂ ਸ਼ੁਰੂ ਚ ਤਾਂ ਇਹੋ ਲੱਗਦਾ ਸੀਗਾ ਕਿ ਸਾਡੇ ਗਵਰਨਰ ਸਾਹਿਬ ਹਮ ਹਮ ਤੇ ਮੁੱਖ ਮੰਤਰੀ ਸਾਹਿਬ ਦੇ ਦਰਮਿਆਨ ਪਿਆਰ ਹੀ ਵੜਾ ਹੈ ਅੱਛਾ ਜੀ ਕਿਉਂਕਿ ਤੁਹਾਡੇ ਯਾਦ ਹੋਣਾ ਜਦੋਂ ਗਵਰਨਰ ਸਾਹਿਬ ਤੇ ਮੁੱਖ ਮੰਤਰੀ ਸਾਹਿਬ ਬਠਿੰਡੇ ਆਏ ਸੀ ਹਮ ਹਮ ਆਪਣੇ ਮਹਾਰਾਜਾ ਰਣਜੀਤ ਸਿੰਘ ਟੈਕਨੀਕਲ ਯੂਨੀਵਰਸਿਟੀ ਦੇ ਵਿੱਚ ਜੀ ਉਦੋਂ ਉੱਥੇ ਆਏ ਸੀ ਤੇ ਉਹਨਾਂ ਨੇ ਆ ਕੇ ਇਤੋਂ ਹੀ ਫਿਰ ਜਹਾਜ਼ ਲੈ ਕੇ ਗਏ ਸੀ ਆਪਣਾ ਹੈਲੀਕਾਪਟਰ ਲੈ ਕੇ ਇਧਰ ਨੂੰ ਗਏ ਸੀ ਫਾਜ਼ਲ ਕਾਲੇ ਪਾਸੇ ਬਹੁਤ ਵਧੀਆ ਸਬੰਧ ਲੱਗਦੇ ਸੀ ਬੜੀ ਖੁਸ਼ੀ ਹੁੰਦੀ ਸੀ ਲੇਕਿਨ ਹੌਲੀ-ਹੌਲੀ ਇਹਨਾਂ ਸਬੰਧਾਂ ਦੇ ਵਿੱਚ ਫਰਕ ਪੈਦਾ ਗਿਆ ਹੂੰ ਹੂੰ ਫਰਕ ਦੋ ਪੱਖਾਂ ਤੋਂ ਪਿਆ ਇੱਕ ਤਾਂ ਇਹ ਕਿ ਗਵਰਨਰ ਕੇਂਦਰੀ ਪ੍ਰਤੀਨਿਧ ਹੁੰਦੇ ਜੀ ਕੇਂਦਰ ਸਰਕਾਰ ਦੇ ਉਹ ਪ੍ਰਤੀਨਿਧ ਹੈ ਹੂੰ ਹੂੰ ਕੇਂਦਰ ਸਰਕਾਰ ਦਾ ਤੇ ਰਾਜ ਸਰਕਾਰ ਦਾ ਜੇ ਅਲੱਗ-ਅਲੱਗ ਪਾਰਟੀਆਂ ਹੋਣ ਹਾਂ ਸੱਤਾ ਦੇ ਵਿੱਚ ਵੀ ਕੇਂਦਰ ਦੇ ਵਿੱਚ ਕੋਈ ਹੋਰ ਪਾਰਟੀ ਸੱਤਾ ਚਾਹੇ ਰਾਜ ਦੇ ਵਿੱਚ ਹੋਰ ਹੋ ਰਿਹਾ ਤਾਂ ਉਹਨਾਂ ਦੇ ਹਿੱਤ ਆਪਸ ਵਿੱਚ ਟਕਰਾ ਜਾਂਦੇ ਹੇਤ ਜਿਹੜੇ ਟਕਰਾਉਂਦੇ ਆ ਸਿਆਸੀ ਹੁੰਦੇ ਆ ਲੇਕਿਨ ਸਿਆਸੀ ਹਿਤਾ ਦਾ ਜਿਹੜਾ ਨੁਕਸਾਨ ਆ ਲੋਕਾਂ ਨੂੰ ਚੱਲਣਾ ਪੈਂਦਾ ਕਿਉਂਕਿ ਸਿਆਸੀ ਹਿੱਤ ਜਦੋਂ ਟਕਰਾਉਂਦੇ ਤੇ ਉਹਦਾ ਆਰਥਿਕਤਾ ਦੇ ਉੱਤੇ ਬੁਰਾ ਅਸਰ ਪੈਂਦਾ ਜੀ ਡਿਵੈਲਪਮੈਂਟ ਦੇ ਉੱਤੇ ਅਸਰ ਪੈਂਦਾ ਹੈ ਫੈਸਿਲਿਟੀਆਂ ਦੇ ਉੱਪਰ ਅਸਰ ਪੈਂਦਾ ਹੈ ਜਿਹੜੇ ਵਿਕਾਸ ਦੀਆਂ ਯੋਜਨਾਵਾਂ ਹੁੰਦੀਆਂ ਉਹਦੇ ਤੇ ਅਸਰ ਪੈਂਦਾ ਹੂੰ ਹੂੰ ਸੋ ਗਵਰਨਰ ਸਾਹਿਬ ਕਿਉਂਕਿ ਭਾਵੇਂ ਪੁਰਾਣੇ ਕਾਂਗਰਸੀ ਹੈ ਪੁਰਾਣੇ ਪੱਤਰਕਾਰ ਵੀ ਹੈ ਫਿਰ ਇਹ ਭਾਰਤੀ ਜਨਤਾ ਪਾਰਟੀ ਸ਼ਾਮਲ ਹੋ ਗਈ ਸੀ ਭਾਰਤੀ ਜਨਤਾ ਪਾਰਟੀ ਨੇ ਨੂੰ ਗਵਰਨਰ ਲਾਤਾ ਜੀ ਔਰ ਜੋ ਦਿੱਲੀ ਵਾਲੇ ਕਹਿਣਗੇ ਇਹਨਾਂ ਨੂੰ ਉਹ ਕਰਨਾ ਪੈਣਾ ਆਪਾਂ ਇਕੱਲੇ ਇਹ ਗਵਰਨਰ ਨਹੀਂ ਸਾਰੇ ਗਵਰਨਰ ਸਾਰੇ ਗਵਰਨਰ ਵੀ ਦਿੱਲੀ ਮਲਕ ਵਰਗੇ ਨੂੰ ਛੱਡ ਕੇ ਇਕੱਲਾ ਮਲਕ ਸੀ ਮਲਕ ਉਚਰੋ ਫਰਕ ਕਰਦਾ ਜੇ ਹੁਣ ਆਪਾਂ ਇਹ ਦੇਖੀਏ ਕੇਰਲਾ ਦਾ ਗਵਰਨਰ ਹੈ ਉਹਦਾ ਵੀ ਰਫੜ ਪਈ ਜਾਂਦਾ ਉਥੋਂ ਦੀ ਸਰਕਾਰ ਵਾਲੇ ਦਾ ਬੰਗਾਲ ਦੇ ਦਾ ਜਗਦੀਪ ਧਨਕਰ ਜੀ ਹੁਣ ਉਪਰਾਸ਼ਟਪਤੀ ਹੈ ਉਥੇ ਕੀ ਟਿਕੜ ਕਰ ਰਹੇ ਆਪਾਂ ਨੂੰ ਸਾਰਾ ਪਤਾ ਹੈ ਇਹਨਾਂ ਦਾ ਜਿਹੜੇ ਇਹ ਗਵਰਨਰ ਸਾਹਿਬ ਹੈ ਜਦੋਂ ਇਹ ਤਾਮਿਲਨਾਡੂ ਦੇ ਵਿੱਚ ਹੁੰਦੇ ਸੀ ਉਥੋਂ ਦੀ ਸਰਕਾਰ ਨਾਲ ਇਹਨਾਂ ਦਾ ਵੀ ਉੱਥੇ ਵੀ ਇਹਨਾਂ ਦਾ ਠੀਕ ਨਹੀਂ ਰਿਹਾ ਸਬੰਧ ਉੱਥੇ ਵੀ ਗੜਬੜ ਠੀਕ ਰਹੀ ਹੈ ਪੰਜਾਬ ਦੇ ਲੇਕਿਨ ਭਗਵੰਤ ਮਾਨ ਕਿਉਂਕਿ ਉਹ ਕਲਾਕਾਰ ਹੈ ਤੇ ਕਲਾਕਾਰ ਹੋਣ ਦੇ ਨਾਤੇ ਉਹਨਾਂ ਦੀ ਕਿਸੇ ਗੱਲ ਨੇ ਉਹਨਾਂ ਨੂੰ ਮਤਲਬ ਜਿਹੜੀ ਇਸ ਜਿਹੜੀ ਇਹ ਕਲਾ ਹੈ ਕਲਾ ਨੇ ਪ੍ਰਭਾਵਿਤ ਵੀ ਕੀਤਾ ਉਹਨਾਂ ਦੀ ਸੋਚ ਨੂੰ ਤੇ ਉਹਨਾਂ ਨੇ ਸਭ ਕੋਸ਼ਿਸ਼ ਕੀਤੀ ਸੀ ਸਬੰਧ ਬਣਾਉਣ ਦੀ ਲੇਕਿਨ ਦੋ ਤਿੰਨ ਗੱਲਾਂ ਹੋਈਆਂ ਜੀ ਪਹਿਲੀ ਗੱਲ ਤਾਂ ਤੁਹਾਡੀ ਯਾਦ ਉਹਨਾਂ ਕਿ ਦੋ ਵਾਰੀ ਸਾਡੇ ਮਹਾ ਮਹਿਮ ਰਾਸ਼ਟਰਪਤੀ ਸਹਿਬਾ ਹੂੰ ਹੂੰ ਦਰੋਪਦੀ ਮੁਰਮੂ ਸਾਹਿਬ ਆਏ ਕਰੀਤਾ ਹੋਏ 에어ਫੋਰਸ ਵਾਲਿਆਂ ਦਾ ਕੋਈ ਫੰਕਸ਼ਨ ਸੀ ਉਹਦੇ ਚ ਆਏ ਸੀ ਤੇ ਇੱਕ ਵਾਰੀ ਸੂਰਜਕੁੰਡ ਹਰਿਆਣਾ ਦੇ ਵਿੱਚ ਇੱਕ ਫੰਕਸ਼ਨ ਸੀ ਉਹਦਾ ਕਰਕੇ ਚੰਡੀਗੜ੍ਹ ਆਏ ਸੀ ਉਹਨਾਂ ਦੋਨਾਂ ਵੇਲੇ ਤੇ ਵਕੀਦਾ ਜਿਹੜੇ ਹੈਗੇ ਸਾਡੇ ਮੁੱਖ ਮੰਤਰੀ ਸਾਹਿਬ ਨੂੰ ਸੱਦਾ ਪੱਤਰ ਭੇਜਿਆ ਗਿਆ ਲੇਕਿਨ ਮੁੱਖ ਮੰਤਰੀ ਸਾਹਿਬ ਅਵੇਲੇਬਲ ਨਹੀਂ ਸੀਗੇ ਸ਼ਾਇਦ ਉਹ ਚੋਣਾਂ ਚ ਉਲਝੇ ਹੋਏ ਸੀ ਦੂਜੇ ਰਾਜਾਂ ਦੇ ਵਿੱਚ ਉਹ ਸਟਾਰ ਪ੍ਰਚਾਰਕ ਸੀ ਪਾਰਟੀ ਨੇ ਉਧਰ ਦੀ ਡਿਊਟੀ ਲਾਤੀ ਤੇ ਉਹ ਉੱਥੇ ਚਲੇ ਗਏ ਲੇਕਿਨ ਮੁੱਖ ਮੰਤਰੀ ਨੇ ਆਪਣੇ ਜਿਹੜੇ ਹੈਗੇ ਸਾਥੀ ਵਜ਼ੀਰਾਂ ਨੂੰ ਜ਼ਰੂਰ ਭੇਜਤਾ ਸੀ ਦੋਨਾਂ ਥਾਵਾਂ ਤੇ ਕਹਿੰਦੇ ਵੀ ਇੱਕ ਤਾਂ ਗਵਰਨਰ ਸਾਹਿਬ ਨੇ ਉਹਦਾ ਬਰਾਬ ਬਣਾਇਆ ਜੀ ਵੀ ਉਹ ਆਏ ਕਿਉਂ ਨਹੀਂ ਜੀ ਮੈਂ ਉਹਨਾਂ ਨੂੰ ਸਰਦਾ ਪੱਤਰ ਦਿੱਤਾ ਸੀ ਐਟ ਹੋਮ ਵੀ ਸ਼ਾਇਦ ਉਹਨਾਂ ਦਾ ਜਿਹੜਾ ਉਹ ਨਹੀਂ ਸੀ ਹੋਇਆ ਹੂੰ ਉਹ ਤੋਂ ਬਾਅਦ ਫਿਰ ਜਿੱਥੇ ਕੜਤਨ ਸ਼ੁਰੂ ਹੁੰਦੀ ਹੈ ਉਹ ਕੜਤਨ ਨਿੱਕੀਆਂ ਨਿੱਕੀਆਂ ਗੱਲਾਂ ਤੋਂ ਸ਼ੁਰੂ ਹੁੰਦੀ ਹੈ ਪਹਿਲੀ ਗੱਲ ਤਾਂ ਤੁਹਾਡੇ ਯਾਦ ਹੋਣਾ ਹੈ ਕਿ ਸਾਡੇ ਉਦੋਂ ਇੱਕ ਹੈਗੇ ਅੱਜ ਕੱਲ ਤਾਂ ਕਿਸੇ ਹੋਰ ਮਹਿਕਮੇ ਦੇ ਚਾ ਚੇਤਨ ਸਿੰਘ ਜੋੜੇ ਮਾਜਰਾ ਹੈਗੇ ਹੈਗੇ ਚੇਤਨ ਸਿੰਘ ਜੋੜੇ ਮਾਜਰਾ ਹੋਣਾ ਨੇ ਜਦੋਂ ਥੋੜਾ ਮਿਸਬਿਹੇਵ ਕੀਤਾ ਸੀ ਬੀਸੀ ਸਾਹਿਬ ਨਾਲ ਬੀਸੀ ਸਾਹਿਬ ਨਾਲ ਡਾਕਟਰ ਰਾਜਬਹਾਦਰ ਨਾਲ ਉਸ ਤੋਂ ਬਾਅਦ ਰਾਜਬਹਾਦਰ ਹੋਰਾਂ ਨੇ ਅਸਤੀਫਾ ਦਿੱਤਾ ਸੀ ਤੇ ਸਾਡੀ ਸਰਕਾਰ ਨੇ ਗਵਰਨਰ ਨਾਲ ਕੰਸਲਟ ਕੀਤੇ ਤੋਂ ਵਗੈਰ ਹੀ ਗਵਰਨਰ ਨੂੰ ਜਿਹੜਾ ਨਿਜ਼ਮ ਦੇ ਮੁਤਾਬਕ ਇੱਕ ਪੈਨਲ ਭੇਜਣਾ ਪੈਣਾ ਸੀ ਉਹ ਪੈਨਲ ਭੇਜੇ ਤੋਂ ਵਗੈਰ ਹੀ ਨਵਾਂ ਡਾਕਟਰ ਗੁਰਪ੍ਰੀਤ ਸਿੰਘ ਵਾਂਡਰ ਨੂੰ ਵੀਸੀ ਲਾਉਣ ਦਾ ਐਲਾਨ ਕਰਤਾ ਕਿ ਅਸੀਂ ਉਹਨਾਂ ਨੂੰ ਵੀਸੀ ਲਾਤਾ। ਹੂੰ ਹੂੰ। ਉੱਥੇ ਗਵਰਨਰ ਨੂੰ ਇਸ ਗੱਲ ਦਾ ਹੋਇਆ ਕਿ ਮੈਨੂੰ ਇਗਨੋਰ ਕੀਤਾ ਜਾਂਦਾ ਹੈ। ਹੂੰ ਹੂੰ। ਉਹਨਾਂ ਨੇ ਕਹਿਤਾ ਜੀ ਇਹ ਗੱਲ ਠੀਕ ਨਹੀਂ ਗਈ ਮੈਂ ਇਹਨੂੰ ਸਹੀ ਨਹੀਂ ਮੰਨਦਾ ਤੁਸੀਂ ਤਿੰਨ ਬੰਦਿਆਂ ਦਾ ਪੈਨਲ ਭੇਜੋ। ਹੂੰ ਹੂੰ। ਤਿੰਨ ਬੰਦਿਆਂ ਦਾ ਪੈਨਲ ਪਤਾ ਨਹੀਂ ਗਿਆ ਕਿ ਨਹੀਂ ਗਿਆ ਅਜੇ ਤੱਕ ਉਸ ਯੂਨੀਵਰਸਿਟੀ ਦਾ ਕੋਈ ਵਾਈਸ ਚਾਂਸਲਰ ਹੈ ਨਹੀਂਗਾ। ਜੀ। ਵਾਈਸ ਚਾਂਸਲਰ ਇੱਕ ਬਿਊਰੋਕ੍ਰੇਟ ਲਾਇਆ ਹੋਇਆ ਜਿਹੜਾ ਇੱਕ ਡਾਕਟਰ ਚਾਹੀਦਾ ਸੀ ਪ੍ਰੋਫੈਸ਼ਨਲ ਚਾਹੀਦਾ ਸੀ ਉਹ ਹੈ ਨਹੀਂਗਾ ਚਲੋ ਡਾਕਟਰ ਗੁਰਪ੍ਰੀਤ ਸਿੰਘ ਵਾਂਡਰ ਹੋਰਾਂ ਨੇ ਆਪਣਾ ਨਾਮ ਵੈਸੀ ਵਾਪਸ ਲੈ ਲਿਆ ਸੀ ਉਹ ਕਹਿੰਦੇ ਜੀ ਮੈਂ ਨਹੀਂ ਜਾਣਾ ਮੈਂ ਕੀ ਲੈਣਾ ਬਵਾਦ ਦੇ ਵਿੱਚ ਪੈ ਕੇ ਨਾਮ ਪਰ ਡਾਕਟਰ ਸੰਸਾਰ ਪ੍ਰਸਿੱਧ ਡਾਕਟਰ ਹੈ ਇੱਕ ਤਾਂ ਇਹ ਹੋ ਗਈ ਦੂਜਾ ਇਹਨਾਂ ਨੇ ਇਸੇ ਤਰੀਕੇ ਨਾਲ ਇੱਕ 22 ਚਾਂਸਲਰ ਪੰਜਾਬ ਐਗਰੀਕਲਚਰ ਯੂਨੀਵਰਸਿਟੀ ਦਾ ਜਿਹੜਾ ਉਹਨੂੰ ਨਿਯੁਕਤ ਕਰਤਾ ਸੀ ਉਸ ਗੱਲ ਤੇ ਵੀ ਜਿਹੜਾ ਇਟਖੜਕਾਕ ਸ਼ੁਰੂ ਹੋ ਗਿਆ ਗਵਰਨਰ ਸਾਹਿਬ ਕਹਿੰਦੇ ਵੀ ਕਾਇਦੇ ਮੁਤਾਬਕ ਤੁਸੀਂ ਤਿੰਨ ਬੰਦਿਆਂ ਦਾ ਪੈਨਲ ਮੇਰੇ ਕੋਲੇ ਭੇਜਣਾ ਸੀ ਜੀ ਪਰ ਪੰਜਾਬ ਸਰਕਾਰ ਕਹਿੰਦੀ ਹੈ ਵੀ ਜਿਹੜਾ ਯੂਨੀਵਰਸਿਟੀ ਐਕਟ ਹੈਗਾ ਇਹ ਐਗਰੀਕਲਚਰ ਯੂਨੀਵਰਸਿਟੀ ਵਾਲਾ ਐਕਟ ਉਹਦੇ ਮੁਤਾਬਕ ਤੁਸੀਂ ਭੇਜਣ ਲਈ ਪਾਬੰਦ ਨਹੀਂ ਅਸੀਂ ਲਾ ਸਕਦੇ ਆ ਉਹ ਮਾਮਲਾ ਵੀ ਬਚੇ ਪਿਆ ਉਹ ਵੀ ਉਹਦਾ ਜਵਾਬ ਵਗੈਰਾ ਕੋਈ ਨਹੀਂ ਹੋਇਆ ਨਹੀਂ ਹੋਇਆ ਤੀਜੀ ਗੱਲ ਇਹ ਹੋਈ ਸੀ ਕਿ ਸਾਡੇ ਜਿਹੜੇ ਪੰਜਾਬ ਦੇ ਇਸ ਵੇਲੇ ਜਲੰਧਰ ਦੇ ਪੁਲਿਸ ਕਮਿਸ਼ਨਰ ਹੈ ਕੁਲਦੀਪ ਸਿੰਘ ਚਾਲ ਹੂੰ ਹੂੰ ਉਹ ਚੰਡੀਗੜ੍ਹ ਦੇ ਐਸਐਸਪੀ ਹੁੰਦੇ ਸੀ ਉੱਥੇ ਉਹਨਾਂ ਦਾ ਪਤਾ ਨਹੀਂ ਕੀ ਗੱਲ ਹੋਈ ਕੀ ਨਹੀਂ ਹੋਈ ਤੇ ਗਵਰਨਰ ਸਾਹਿਬ ਨੇ ਇੱਕ ਦਮ ਜਿਹੜੀ ਹੈਗੀ ਹੈ ਉਹਨਾਂ ਨੂੰ ਵਾਪਸ ਭੇਜਣ ਦਾ ਹੁਕਮ ਕਰਤਾ ਤੇ ਪੰਜਾਬ ਨੂੰ ਕਹਤਾ ਪੈਨਲ ਨਵਾ ਭੇਜ ਦਿਓ ਤੂੰ ਬੰਦਿਆ ਦਾ ਉਹਦੇ ਵਿੱਚੋਂ ਅਸੀਂ ਇੱਕ ਬੰਦਾ ਚੁਣ ਕੇ ਕੇਂਦਰ ਨੂੰ ਭੇਜ ਦਿਆਂਗੇ ਤੇ ਹਰਿਆਣੇ ਦੀ ਜਿਹੜੀ ਇੱਕ ਬੀਬੀ ਆਈਪੀਐਸ ਅਫਸਰ ਸੀ ਉੱਥੇ ਆਲਰੇਡੀ ਤਾਇਨਾਤੀ ਚਾਰਜ ਐਸਐਸਪੀ ਦਾ ਉਹਨੂੰ ਦੇਤਾ ਜੀ ਇਹਦੇ ਦੇ ਪ੍ਰਤੀਕਰਮਦਾਰ ਕੀਤਾ ਭਗਵੰਤ ਸਿੰਘ ਮਾਨ ਹਰਣੇ ਕੇ ਜੀ ਤਾਂ ਬਹੁਤ ਮਾੜੀ ਗੱਲ ਕੀਤੀ ਹੂੰ ਹੂੰ ਤੁਸੀਂ ਜਿਹੜੀ ਹੈਗੀ ਜੀ ਇਸ ਤਰ੍ਹਾਂ ਸਾਡੇ ਨਾਲ ਧੱਕਾ ਕੀਤਾ ਹੈ 10 ਮਹੀਨੇ ਰਹਿੰਦੇ ਸੀ ਇਹਨਾਂ ਨੂੰ ਕਿਉਂ ਵਾਪਸ ਭੇਜਤਾ ਹੂੰ ਹੂੰ ਤਾਂ ਗਵਰਨਰ ਸਾਹਿਬ ਨੇ ਮੋੜਮੀ ਉਹਨਾਂ ਨੂੰ ਚਿੱਠੀ ਲਿਖਤੀ ਹੂੰ ਹੂੰ ਉਹ ਕਹਿੰਦੇ ਜੀ ਨਹੀਂ ਅਸੀਂ ਤੁਹਾਡੇ ਨਾਲ ਬਕਾਇਦਾ ਤਾਲਮੇਲ ਕੀਤਾ ਸੀ ਇਹਦਾ ਮਤਲਬ ਹੈ ਵੀ ਤੁਹਾਡਾ ਕਮਿਊਨੀਕੇਸ਼ਨ ਗੈਪ ਹੈ ਗੈਪ ਤੁਹਾਡੇ ਪ੍ਰਸ਼ਾਸਨਿਕ ਅਧਿਕਾਰੀਆਂ ਨੇ ਤੁਹਾਨੂੰ ਦੱਸਿਆ ਹੀ ਨਹੀਂ ਉਹ ਕਹਿੰਦੇ ਤੁਹਾਡੇ ਡੀਜੀਪੀ ਨਾਲ ਵੀ ਗੱਲ ਹੋਈ ਹੈ ਤੇ ਤੁਹਾਡੇ ਚੀਫ ਸਕੱਟਰੀ ਨਾਲ ਵੀ ਇਸ ਮਾਮਲੇ ਦੇ ਉੱਤੇ ਥਰੂ ਪ੍ਰੋਪਰ ਚੈਨਲ ਜਿਹੜੀ ਹੈਗੀ ਹੈ ਸਾਡੇ ਪ੍ਰਸ਼ਾਸਨ ਨੇ ਗੱਲ ਕੀਤੀ ਹੈ ਕਿ ਜੀ ਇਹ ਸਾਨੂੰ ਜਿਹੜੇ ਹੈਗੇ ਨਹੀਂ ਚਾਹੀਦੇ ਇਹਨਾਂ ਨੂੰ ਤੁਸੀਂ ਵਾਪਸ ਬੁਲਾ ਲਓ ਤੇ ਇਹਨਾਂ ਦੀ ਥਾਂ ਦੇ ਉੱਤੇ ਪੈਨਲ ਭੇਜ ਦਿਓ ਇਹ ਗੱਲ ਠੀਕ ਨਹੀਂ ਤੁਸੀਂ ਸਾਡੇ ਨਾਲ ਐਵੇਂ ਖਫਾ ਹੋਈ ਜਾਣਾ ਇਹ ਗੱਲ ਠੀਕ ਨਹੀਂ ਹੂੰ ਉਸ ਤੋਂ ਬਾਅਦ ਵੀ ਇਹਨਾਂ ਨੇ ਕੋਈ ਜਵਾਬ ਨਹੀਂ ਦਿੱਤਾ ਨਤੀਜਾਦਾਨ ਵਾਲਿਆਂ ਸਾਹਿਬ ਇਹ ਹੋਇਆ ਵੀ ਬਾਅਦ ਦੇ ਵਿੱਚ ਜਦੋਂ ਉਹਨਾਂ ਨੂੰ ਵਾਪਸ ਭੇਜਤਾ ਉਹਨਾਂ ਨੂੰ ਪ੍ਰਮੋਟ ਵੀ ਕਰਤਾ ਡੀਆਈਜੀ ਬਣਾਤਾ ਜੀ ਤੇ ਡੀਆਈਜੀ ਬਣਾਉਣ ਤੋਂ ਬਾਅਦ ਫਿਰ ਉਹਨਾਂ ਨੂੰ ਲਾਤਾ ਜਲੰਧਰ ਦਾ ਪੁਲਿਸ ਕਮਿਸ਼ਨਰ ਹੂੰ ਇਤਫਾਕਿਆ ਜਿਸ ਵੇਲੇ ਉਹਨਾਂ ਦਾ ਜਲੰਧ ਉਹਨਾਂ ਨੂੰ ਜਲੰਧਰ ਦਾ ਪੁਲਿਸ ਕਮਿਸ਼ਨਰ ਲਾਇਆ ਜੀ ਉਹ ਤੋਂ ਪਹਿਲਾਂ ਹੀ ਸ਼ਾਇਦ ਇਹ ਪ੍ਰੋਗਰਾਮ ਬਣ ਗਿਆ ਸੀ ਕਿ ਗਣਤੰਤਰਤਾ ਦਿਵਸ ਦਾ ਝੰਡਾ 26 ਜਨਵਰੀ ਨੂੰ ਜਲੰਧਰ ਦੇ ਵਿੱਚ ਲਹਿਰਾਉਣਗੇ ਗਵਰਨਰ ਸਾਹਿਬ ਹਮ ਹਮ ਇਹ ਤਾਂ ਜਾਣ ਲਿਆ ਗਿਆ ਸਭ ਹੁਣ ਪਤਾ ਲੱਗਦਾ ਹੈ ਅੰਦਰ ਲੀਆਂ ਗੱਲਾਂ ਦਾ ਹਮ ਹਮ ਕਿਉਂਕਿ ਗਵਰਨਰ ਸਾਹਿਬ ਨੇ ਜਿਹੜੀ ਕੱਲ ਚਿੱਠੀ ਲਿਖੀ ਹੈ ਜੀ ਕੱਲ ਲਿਖੀ ਚਿੱਠੀ ਦੇ ਵਿੱਚ ਉਹਨਾਂ ਨੇ ਕਾਫੀ ਕੁਸ਼ ਇਹ ਗੱਲ ਲਿਖਤੀ ਉਹਨਾਂ ਨੇ ਕਿਹਾ ਜੀ ਵੀ ਮੈਂ ਹਮ ਹਮ ਜਿਹੜੀ ਕੱਲ ਵਾਲੀ ਚਿੱਠੀ ਜਿਹੜੀ ਉਹ ਲਿਖੀ ਤਾਂ ਕਿਸੇ ਹੋਰ ਸੰਦਰਭ ਚ ਹੈ ਜੀ ਕੱਲ ਵਾਲੀ ਚਿੱਠੀ ਉਹਨਾਂ ਨੇ ਲਿਖੀ ਹੈ ਕਿ ਮੇਰੇ ਕੋਲ ਕੁਝ ਸ਼ਿਕਾਇਤਾਂ ਹੈ ਹਾਂ ਹਾਂ ਸ਼ਿਕਾਇਤਾਂ ਮੇਰੇ ਕੋਲੇ ਇਹ ਆਈਆਂ ਕਿ ਜਿਹੜੇ ਤੁਸੀਂ 39 ਪ੍ਰਿੰਸੀਪਲ ਸਿਲੈਕਟ ਕਰਕੇ ਟ੍ਰੇਨਿੰਗ ਦੇ ਲਈ ਸਿੰਗਾਪੁਰ ਤੇ ਜੇ ਹੂੰ ਉਹਨਾਂ ਦੇ ਵਿੱਚ ਜਿਹੜੀ ਹੈਗੀ ਹੈ ਪਾਰਦਰਸ਼ਤਾ ਨਹੀਂ ਉਹਨਾਂ ਦੀ ਸਿਲੈਕਸ਼ਨ ਦੇ ਵਿੱਚ ਉਹ ਸਿਲੈਕਸ਼ਨ ਕਿਵੇਂ ਕੀਤੀ ਇੱਕ ਤਾਂ ਇਹ ਪੁੱਛਿਆ ਹੂੰ ਫੇਰ ਪੁੱਛਿਆ ਵੀ ਉਹਨਾਂ ਦਾ ਜਿਹੜਾ ਪਹਾੜਾ ਕਰਾਇਆ ਕਿੰਨਾ ਲੱਗਿਆ ਉਹ ਪੁੱਛਿਆ ਫੇਰ ਉਹਨਾਂ ਦੇ ਰੱਖ ਰਖਾ ਤੇ ਰਹਿਣ ਸਹਿਣ ਦੇ ਉੱਤੇ ਕਿੰਨਾ ਖਰਚਾ ਹੈ ਇਹ ਦੱਸੋ ਜੀ ਸਾਰਾ ਕੁਝ ਜੀ ਜੀ ਤੇ ਟ੍ਰੇਨਿੰਗ ਲੈ ਕੇ ਕਿੱਥੋਂ ਆਏ ਸਿੰਗਾਪੁਰ ਤੋਂ ਤਾਂ ਆਈ ਗਏ ਸੀ ਉਹ ਸਿੰਗਾਪੁਰ ਤਾਂ ਦੇਸ਼ ਬੜਾ ਵੱਡਾ ਨਾ ਘੁੰਮ ਕੇ ਵੀ ਆ ਸਕਦੇ ਤੇ ਸਕੂਲ ਕਾਲਜ ਵੀ ਹੋ ਗਿਆ ਚਰੂ ਕਹਿੰਦੇ ਵੀ ਇਹ ਸਾਰੀ ਇਨਫਰਮੇਸ਼ਨ ਸਾਨੂੰ ਪ੍ਰੋਵਾਈਡ ਕਰੋ ਕਿਉਂਕਿ ਕਹਿੰਦੇ ਇਹਦੇ ਤੇ ਇਤਰਾਜ ਆਤਾ ਰਹੇ ਹੂੰ ਹੂੰ ਇੱਕ ਕਹਿੰਦੇ ਜੀ ਇਹ ਹੈ ਇੱਕ ਉਹਨਾਂ ਨੇ ਚਿੱਠੀ ਇਹ ਕਹਿੰਦੇ ਮੈਨੂੰ ਤਾਂ ਇਹ ਚਾਹੀਦੀ ਹੈ ਇਹ ਉਹਨਾਂ ਨੇ ਇਨਫੋਰਮੇਸ਼ਨ ਮੰਗੀ ਹੈ ਤੇ ਆਪਾਂ ਉਹਨੇ ਆ ਜੀ ਇਹ ਚਿੱਠੀ ਦੇ ਵਿੱਚ ਉਹਨਾਂ ਨੇ ਕਿਹਾ ਕਿ ਮੈਂ ਬਹੁਤ ਸਾਰੀਆਂ ਚਿੱਠੀਆਂ ਤੁਹਾਨੂੰ ਲਿਖੀਆਂ ਤੇ ਤੁਸੀਂ ਕਿਸੇ ਚਿੱਠੀ ਦਾ ਮੈਨੂੰ ਜਵਾਬ ਨਹੀਂ ਦਿੱਤਾ ਹੂੰ ਹੂੰ ਉਹਦੇ ਵਿੱਚ ਇੱਕ ਚਿੱਠੀ ਜਿਹੜੀ ਬੜੀ ਇੰਪੋਰਟੈਂਟ ਉਹ ਕਹਿੰਦੇ ਐ ਕਿ ਜਿਹੜਾ ਨਵਲ ਅਗਰਵਾਲ ਹੈ ਅੱਛਾ ਜੀ ਨਵਲ ਅਗਰਵਾਲ ਨੂੰ ਇੱਕ ਪ੍ਰਾਈਵੇਟ ਬੰਦੇ ਨੂੰ ਪੰਜਾਬ ਦੇ ਸਿਵਲ ਸੈਕਰੇਟਰੀਏਟ ਦੇ ਵਿੱਚ ਅੱਠਵੀਂ ਮੰਜ਼ਿਲ ਦੇ ਉੱਤੇ ਕਮਰਾ ਕਿਵੇਂ ਦਿੱਤੇਗੇ ਉਹ ਕਿਤੋਂ ਮਿਲਦਾ ਹੈ ਮੀਟਿੰਗਾਂ 'ਚ ਕਿਵੇਂ ਬੈਂਦਾ ਹੈ ਉਹ ਬੰਦਾ ਸਰਕਾਰੀ ਅਫਸਰਾਂ ਦੀਆਂ ਮੀਟਿੰਗਾਂ ਦੇ ਵਿੱਚ ਕਿਵੇਂ ਬੈਂਦਾ ਆ ਕੇ ਹੂੰ ਹੂੰ ਇਹਦੇ ਵਾਸਤੇ ਕਹਿੰਦੇ ਵੀ ਤਾਂ ਆਪਾਂ ਨੂੰ ਪਤਾ ਹੈ ਕਿ ਪ੍ਰਤਾਪ ਸਿੰਘ ਬਾਜਵਾ ਨੇ ਖੁਦ ਇੱਕ ਚਿੱਠੀ ਲਿਖੀ ਸੀ ਹੂੰ 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 ਆ ਹੁਣ ਫੇਰ ਪਿੱਛੇ ਦੇ ਗਵਰਨਰ ਸਾਹਿਬ ਨੂੰ ਚਿੱਠੀ ਲਿਖੀ ਸੀ ਕਿ ਜੀ ਇਹਦੀ ਪੜਤਾਲ ਕਰਵਾਓ ਹੂੰ ਹੂੰ ਉਹਦੇ ਉਹਦਾ ਤੇ ਮੈਂ ਜਵਾਬ ਮੰਗਿਆ ਥੋ ਤੇ ਤੁਸੀਂ ਮੈਨੂੰ ਉਹਦਾ ਜਵਾਬ ਨਹੀਂ ਦਿੱਤਾ ਹੂੰ ਹੂੰ ਆ ਜਿਹੜਾ ਸਾਰਾ ਕੁਛ ਹੈ ਜੀ ਦਾ ਜਵਾਬ ਦਿਓ ਜਵਾਬ ਜਵਾਬ ਬਹੁਤ ਜ਼ਰੂਰੀ ਹੈ ਹੂੰ ਹੂੰ ਇਹਦੇ ਤੇ ਫਿਰ ਪ੍ਰਤੀਕਰਮ ਜਿਹੜਾ ਜੀ ਭਗਵੰ ભગવંત ਸਿੰਘ માનહરી કહે દે ਵੀ ਮੈਨੂੰ ਗਵਰਨਰ ਸਾਹਿਬ ਤੁਹਾਡਾ ਜਿਹੜਾ ਇਹ ਪੱਤਰ ਹੈ ਇਹਦੇ ਜੋ ਹਾਂ ਇਹ ਮੈਨੂੰ ਥਰੂ মিডিਆ ਮਿਲੇ ਅੱਛਾ ਸਿੱਧਾ ਨਹੀਂ ਮਿਲੇ ਅਜੇ ਤੱਕ ਇਹਦੇ ਮੇਰੇ ਕੋਲ ਪੱਤਰ ਮਿਲਿਆ ਨਹੀਂ ਹਮ ਪਰ ਕਹਿੰਦੇ ਮੈਂ ਤੁਹਾਨੂੰ ਜਵਾਬ ਜਿਹੜਾ ਮੇਰੇ ਲਈ ਜ਼ਰੂਰੀ ਨਹੀਂ ਅੱਛਾ ਮੈਂ ਤੁਹਾਨੂੰ ਜਵਾਬ ਕਿਉਂ ਦੇਉਂਦਾ ਕਿਉਂ ਦੇਉਂਦਾ ਅੱਛਾ ਤੁਸੀਂ ਕਹਿੰਦਾ ਜਿਹੜੇ ਹੈਗੇ ਹੋ ਕੇਂਦਰ ਸਰਕਾਰ ਦੇ ਪ੍ਰਤੀਨਿਧੋਂ ਕੇਂਦਰ ਸਰਕਾਰ ਦੇ ਪ੍ਰਤੀਨਿਧ ਨੂੰ ਮੈਂ ਕਿਉਂ ਦੇਵਾਂ ਜਵਾਬ ਹਮ ਮੈਂ ਕਹਿੰਦਾ ਜੀ 3 ਕਰੋੜ ਲੋਕਾਂ ਦਾ ਚੁਣਿਆ ਹੋਇਆ ਮੈਂ ਤੇ ਮੇਰੀ ਸਰਕਾਰ 3 ਕਰੋੜ ਲੋਕਾਂ ਦੀ ਨੁਮਾਇੰਦਗੀ ਕਰਦੇ ਆ ਅਸੀਂ ਉਹਨਾਂ ਦੇ ਚੁਣੇ ਹੋਏ ਨੁਮਾਇੰਦੇ ਆ ਹੂੰ ਹੂੰ ਤੇ ਅਸੀਂ ਲੋਕਾਂ ਨੂੰ ਜਵਾਬ ਦੇ ਤੁਹਾਨੂੰ ਅਸੀਂ ਜਵਾਬ ਕਿਉਂ ਦੇ ਅੱਛਾ ਇੱਥੇ ਹੁਣ ਦਾਨੇ ਵਾਲੀ ਸਭ ਇਹ ਜਿਹੜੀ ਕਹਿਤਾ ਦਿੱਤਾ ਕਿ ਅਸੀਂ ਤੁਹਾਨੂੰ ਜਵਾਬ ਕਿਉਂ ਦੇ ਕਿਉਂ ਦੇ ਗਏ ਅਸੀਂ ਲੋਕਾਂ ਦੇ ਚੁਣੇ ਹੋਏ ਨੁਮਾਇੰਦੇ ਆ ਲੇਕਿਨ ਕੰਸਟੀਟਿਊਟ ਅਸੈਂਬਲੀ ਨੇ ਜਿਹੜਾ ਫਿਰ ਗਵਰਨਰ ਤੇ ਰਤਵੇ ਨੂੰ ਬਰਕਰਾਰ ਰੱਖਿਆ ਜੀ ਇਹ ਪੋਸਟ ਹੋਣੀ ਚਾਹੀਦੀ ਹੈ ਇਹਦੇ ਤੇ ਬੜੀ ਡਿਬੇਟ ਹੋਈ ਸੀ ਹੂੰ ਹੂੰ ਕਿ ਕੀ ਗਵਰਨਰ ਦੀ ਚੋਣ ਹੋਵੇ ਗਵਰਨਰ ਦੀ ਨਾਮਜ਼ਦਗੀ ਹੋਵੇ ਕਿਵੇਂ ਹੋਵੇ ਕੀ ਇਹ ਫਿਰ ਇਹਦਾ ਅਰਥ ਕੀ ਰਹਿੰਦਾ ਹੂੰ ਹੂੰ ਕੁੜਤਨ ਜਿਹੜੀ ਘਟੀ ਨਹੀਂ ਵਧੀ ਐ ਤੇ ਬਾਅਦ ਦੇ ਵਿੱਚ ਫਿਰ ਗਵਰਨਰ ਸਾਹਿਬ ਨੇ ਵੀ ਲਿਖ ਦਿੱਤਾ ਉਹਨਾਂ ਨੇ ਵੀ ਕਹਿਤਾ ਹੂੰ ਹੂੰ ਉਹਨਾਂ ਨੇ ਕਿਹਾ ਜੀ ਧਾਰਾ 167 ਦੇ ਤਹਿਤ ਜੀ ਸੂਬਾ ਸਰਕਾਰ ਹਰ ਪੁੱਛੇ ਹੋਏ ਸਵਾਲ ਦਾ ਜਵਾਬ ਦੇਣ ਲਈ ਪਾਬੰਦ ਹੈ ਜਵਾਬ ਜੇ ਤੁਸੀਂ ਜਵਾਬ ਨਾ ਦਿਓਗੇ 15 ਦਿਨਾਂ ਦੇ ਵਿੱਚ ਵਿੱਚ ਜੀ ਤੇ ਫਿਰ ਮੈਂ ਕਾਨੂੰਨੀ رائے ਲੈਣ ਵਾਸਤੇ ਮਜਬੂਰ ਹੋਊਗਾ ਹੂੰ ਹੂੰ ਇਹ ਗੱਲ ਕਹਿਤੀ ਅਗਲੀ ਗੱਲ ਹੂੰ ਹੂੰ ਹੁਣ ਇਹਦੇ ਚ ਇੱਕ ਨਵਾਂ ਮੂਡ ਹੋ ਰ ਆ ਗਿਆ ਜੀ ਪੰਜਾਬ ਕਾਂਗਰਸ ਦੇ ਪ੍ਰਧਾਨ ਐ ਅਮਰਿੰਦਰ ਸਿੰਘ ਰਾਜਾ ਬੜਿੰਖ ਹੂੰ ਹੂੰ ਆ ਰਾਜਾ ਬੜਿੰਖ ਹੋਰੀ ਕਹਿੰਦੇ ਵੀ ਗਵਰਨਰ ਸਾਹਿਬ ਜਿਹੜੇ ਪਤਾ ਨਹੀਂ ਵੀ ਕਿਉਂ ਇਸ ਤਰ੍ਹਾਂ ਦੀਆਂ ਗੱਲਾਂ ਕਰ ਰਹੀ ਇਹ ਠੀਕ ਹੈ ਸੂਬਾ ਸਰਕਾਰ ਜਿਹੜੀ ਹੈਗੀ ਆ ਉਹ ਆਪਦੇ ਫੈਸਲੇ ਲੈਣ ਲਈ ਅਧਿਕਾਰ ਅਧਿਕਾਰ ਹੈ ਉਹਦੇ ਕੋਲ ਉਹ ਲਵੇ ਲਵਾਵੇ ਕਹਿੰਦੇ ਐਵੇਂ ਖਾਮ ਖਾ ਟੁੱਚ ਰਾਂਦੀਆਂ ਡਾਉਣ ਵਾਲੀ ਗੱਲ ਹੂੰ ਇਥੇ ਉਹਨੂੰ ਕਾਂਗਰਸ ਪਾਰਟੀ ਦੀ ਸਮਝ ਨਹੀਂ ਆਉਦੀ ਵੀ ਇੱਕ ਪਾਸੇ ਤਾਂ ਰਾਜਾ ਬੜਿੰਗ ਸਾਹਿਬ ਜਿਹੜੇ ਪ੍ਰਦੇਸ਼ ਦੇ ਪ੍ਰਧਾਨ ਹੈ ਉਹ ਕਹਿੰਦੇ ਗਵਰਨਰ ਸਾਹਿਬ ਤਾਂ ਮੈਂ ਟੁੱਟਣਾ ਲੜਉਂਦੇ ਉਹ ਫਿਰ ਉਹ ਦੂਜਾ ਆਪਦਾ ਉੱਥੇ ਵੀ ਗੱਲ ਰੱਖਣੀ ਪੈਣੀ ਹੈ ਨਾ ਕਾਨੂੰਨ ਨਾਲ ਵੀ ਬਿੱਤਣੀ ਨਹੀਂ 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 ਦੂਜੇ ਪਾਸੇ ਹੂੰ ਉਸੇ ਪਾਰਟੀ ਦਾ ਵਿਰੋਧੀ ਧਿਰ ਦਾ ਆਗੂ ਹੈ ਜਿਹੜਾ ਗਵਰਨਰ ਨੂੰ ਚਿੱਠੀ ਲਿਖ ਰਿਹਾ ਕਿਉਂ ਚਿੱਠੀ ਲਿਖਦਾ ਹੂੰ ਹੂੰ ਜੇ ਗਵਰਨਰ ਟੱਚ ਰਾਈਡ ਹੁੰਦਾ ਗਵਰਨਰ ਨੂੰ ਚਿੱਠੀ ਲਿਖ ਕੇ ਮੰਕੂ ਕਰਦਾ ਹੂੰ 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 ਪ੍ਰਤਾਪ ਸਿੰਘ ਬਾਜਵਾ ਕਿਉਂ ਚਿੱਠੀ ਲਿਖ ਰਿਹਾ ਹੈ ਜੋ ਚਿੱਠੀ ਲਿਖਦਾ ਪਹਿਲਾਂ ਕਾਂਗਰਸ ਪਾਰਟੀ ਵਾਲੇ ਆਦੇ ਅੰਦਰ ਬੈਠ ਕੇ ਫੈਸਲਾ ਕਰ ਲੈ ਫੈਸਲਾ ਕਰ ਹਾਂ ਵੀ ਕੌਣ ਠੀਕ ਹੈ ਤੇ ਕੌਣ ਗਲਤ ਹੈ ਹੂੰ ਹੂੰ ਤੇ ਮੈਨੂੰ ਲੱਗਦੀ ਦਾਨੀਲੀਆ ਸਭ ਇਹ ਹੈ ਕਿ ਕਾਂਗਰਸ ਪਾਰਟੀ ਫੇਰ ਉਹੀ ਗਲਤੀ ਦੁਹਰਾ ਰਹੀ ਹੈ ਜਿਹੜੀ ਗਲਤੀ ਇਹਨਾਂ ਨੇ ਰਾਜ ਭਾਗ 'ਚ ਹੁੰਦਿਆਂ ਦੁਹਰਾਈ ਸੀ ਹੂੰ ਹੂੰ ਰਾਜ ਭਾਗ ਇਹਨਾਂ ਦੇ ਕੋਲ ਜੇ ਗਿਆ ਤੇ ਇਹਨਾਂ ਦੀ ਇਹਨੀ ਦੁਰਦਸ਼ਾ ਹੋਈ ਉਹਦਾ ਕਾਰਨ ਇਹ ਸੀ ਜੀ ਕਿ ਇਹਨਾਂ ਨੂੰ ਇਹਨੀ ਨਹੀਂ ਸੀ ਵੀ ਅਸੀਂ ਕਦੇ ਲੈ ਜਾਗੇ ਲੈ ਜਾਗੇ ਇਹ ਤੇ ਜਿਵੇਂ ਛਤਰੀ ਛਤਰੀ ਦਾਲ ਮੰਡਣ ਲੱਗੇ ਸੀ ਉਹ ਇੰਨਾ ਕੁਝ ਕਰਵਾਉਣ ਦੇ باوجود ਵੀ ਅਜੇ ਤੱਕ ਵੀ ਇਹਨਾਂ ਦੀ ਸਥਿਤੀ ਉਹੀ ਹੈ ਹੂੰ ਹੂੰ ਇੱਕ ਟੋ ਕੱਟ ਤੁਸੀਂ ਆਪਣੀ ਇੱਕ ਰਾਇਤਾ ਬਣਾ ਲਓ ਜੀ ਇਹ ਮਤਲਬ ਵਿਰੋਧੀ irde ਆਗੂ ਤੇ ਸੂਬਾ ਪ੍ਰਧਾਨ ਹਫਤੇ ਦਰਸਨਾਂ ਦੇ ਵਿੱਚ ਇਕੱਠੇ ਤਾਂ ਹੁੰਦੇ ਹੀ ਹੋਣਗੇ ਹੂੰ ਹੂੰ ਇਹੋ ਜੇ ਮਾਮਲੇ ਦੇ ਉੱਤੇ ਉਹਨਾਂ ਦੀ ਡਿਸਕਸ਼ਨ ਹੁੰਦੀ ਹੋਣੀ ਜੀ ਜਾਂ ਜਿਹੜਾ ਉਹਨਾਂ ਦਾ ਇੱਕ ਉਹ ਬੈਠਾ ਹੈ ਇੱਥੇ ਹਰੀਸ਼ ਚੌਧਰੀ ਚੌਧਰੀ ਜੀ ਦੇ ਬਾਰੇ ਡਿੰਪੇ ਨੇ ਜਸਪੀਰ ਸਿੰਘ ਡਿੰਪਾ ਨੇ ਕਿਹਾ ਸੀ ਮਾਰਵੇੜ ਦਾ ਠੱਗ ਉਹ ਕਦੇ ਆਸਤੇ ਬਿਠਾਏ ਉਹ ਕੋਆਰਡੀਨੇਟ ਕਦੇ ਆਸਤੇ ਕਰਨਾ ਵਾਸਤੇ ਕਿਤੇ ਲਕਲਾਉ ਹੀ ਦੂਜੀ ਕੋਈ ਕਬ ਕੋਆਰਡੀਨੇਟ ਕਰ ਨੇ ਹੂੰ ਹੂੰ ਇੱਕ ਕੋਆਰਡੀਨੇਸ਼ਨ ਜਿਹੜੀ ਆ ਬਹੁਤ ਜ਼ਰੂਰੀ ਹੈ ਜੇ ਵਾਸਤੇ ਕਾਂਗਰਸ ਪਾਰਟੀ ਨੂੰ ਆਪਦਾ ਘਰ ਸੰਭਾਲਣਾ ਚਾਹੀਦਾ ਔਰ ਜਿਹੜੀ ਇੱਕ ਗਵਰਨਰ ਸਾਹਿਬ ਦੀ ਤੇ ਮੁੱਖ ਮੰਤਰੀ ਦੀ ਲੜਾਈ ਹੈ ਜਿਹੜੀ ਲੜਾਈ ਨਾ ਤਾਂ ਪੰਜਾਬ ਦੀ ਹੈ ਹੂੰ ਹੂੰ ਇਹ ਲੜਾਈ ਜਿਹੜੀਆਂ ਸਾਰੀਆਂ ਸਟੇਟਾਂ ਦੀ ਹੈ ਦਿੱਲੀ ਦੇ ਵਿੱਚ ਵੀ ਇਹ ਉਹੀ ਗੱਲ ਹੈ ਫੈਡਰਲ ਤੇ ਸਟੇਟਾਂ ਚ ਦੀ ਇੱਥੇ ਲੜਾ ਇੱਥੇ ਲੋੜ ਇਸ ਗੱਲ ਦੀ ਹੈ ਕਿ ਜਿਹੜੀਆਂ ਰੀਜਨਲ ਪਾਰਟੀਆਂ ਜੀ ਅਰੀਜਨਲ ਪਾਰਟੀਆਂ ਨੂੰ ਇਕੱਠਿਆਂ ਹੋ ਕੇ ਛੋਟੀਆਂ ਪਾਰਟੀਆਂ ਨੂੰ ਇਕੱਠਿਆਂ ਹੋ ਕੇ ਫੈਡਰਲਿਜ਼ਮ ਦੀ ਲੜਾਈ ਲੜਨੀ ਹੈ ਕਿ ਕਨਸਟੀਟਿਊਸ਼ਨ ਦੇ ਮੁਤਾਬਕ ਜਿਹੜੀ ਫੈਡਰਲਿਜ਼ਮ ਹੈ ਸਾਨੂੰ ਫੈਡਰਲਿਜ਼ਮ ਮੁਤਾਬਕ ਸਾਡੇ ਅਧਿਕਾਰ ਦਿੱਤੇ ਜਾਣ ਉਹ ਗੱਲ ਕਰਨ ਦੀ ਲੋੜ ਹੈ ਜੀ ਸੋ ਇੱਕ ਬ੍ਰੇਕ ਲੈ ਲੀਏ ਤੁਹਾਨੂੰ ਸਭ ਬ੍ਰੇਕ ਤੋਂ ਬਾਅਦ ਫਿਰ ਜੁੜਦੇ ਹਾਂ ਜੁੜੇ ਰਹੋ ਰੇਡੀਓ ਪੰਜਾਬ ਟੂਡੇ ਦੇ ਨਾਲ ਤੇ ਆਪਾਂ ਸੁਪੰਜੀ ਫਿਆਲੀ ਕਪੜਿਆਂ ਦੀ ਤੇ ਸ਼ਾਪਿੰਗ ਹੋਗੀ ਲਾਜਵਾਬ ਪਰ ਜੁਐਲਰੀ ਕੀ ਥੋ ਲੈਣੀ ਹੈ ਫਿਕਰ ਨਾ ਕਰੋ ਜਿੱਥੇ ਲੋਕ ਸੂਟ ਦੇਖਦੇ ਰਹਿ ਜਾਣਗੇ ਉੱਥੇ ਗਹਿਣੇ ਦੇ ਡਿਜ਼ਾਈਨ ਦੀ ਵੀ ਤਾਰੀਫ ਕੀਤੇ ਬਿਨਾ ਰਹਿਣਗੇ ਨਹੀਂ ਕਿਉਂਕਿ ਏਸੀ ਜੁਐਲਰਸ ਕੈਂਟ ਵਾਲਿਆਂ ਦੇ ਕੋਲ ਹੈ 22 ਕੈਰੇਟ ਦੇ ਸੋਨੇ ਦੇ ਗਹਿਣੇ ਔਰ ਤਾਂ ਮਰਦਾ ਬੱਚਿਆਂ ਦੇ 17 ਦੇ ਗਹਿਣਿਆਂ ਦੀ ਬੇਸ਼ੁਮਾਰ ਤੇ ਲੇਟੈਸਟ ਵੈਰਾਈਟੀ ਇਨਾ ਦੇ ਸ਼ੋਰੂਮ 'ਚ ਸੋਨੇ ਚਾਂਦੀ ਹੀਰਿਆਂ ਦੇ ਗਹਿਣੇ ਭਰੇ ਰਹਿੰਦੇ ਨੇ ਜਿੱਥੇ ਇਹ ਕੁੰਦਨ ਸੈੱਟ ਜੜਾਊ ਸੈੱਟ ਪੋਲਕੀ ਸੈੱਟ ਹੀਰੇ ਜੜੇ ਸੈੱਟ ਲਾਈਟ ਵੇਟ ਨੈਕਲੇਸ ਚੇਨ ਕੜੇ, ਚੂੜੀਆਂ, ਨਗਾਵਲੀਆਂ, ਸੋਣੀਆਂ, ਸੋਣੀਆਂ ਮੰਦਰੀਆਂ, ਝੁੰਮਕੇ ਵਾਲੀਆਂ ਤੇ ਹੋਰ ਬਥੇਰਾ ਕੁਝ। ਐਸੀ ਜੁਐਲਰ ਸ਼ੱਟਲ ਵਿੱਚ ਹਰ ਹਫ਼ਤੇ ਨਵੀਂ ਸ਼ਿਪਮੈਂਟ ਆਉਂਦੀ ਹੈ। ਤੁਹਾਡੇ ਪਸੰਦ ਦੇ, ਤੁਹਾਡੇ ਸਾਈਜ਼ ਮੁਤਾਬਕ ਗਹਿਣੇ 2 ਹਫ਼ਤਿਆਂ ਵਿੱਚ ਤਿਆਰ ਕਰਵਾ ਕੇ ਦਿੰਦੇ ਹਨ ਤੇ ਰਿਪੇਅਰ ਵੀ ਕਰਦੇ ਹਨ। 24 ਕੈਰਟ ਸੋਨੇ ਦੇ ਬਿਸਕਟ ਖਰੀਦ ਅਤੇ ਵੇਚ ਸਕਦੇ ਹੋ। 100% ਪਿਓਰ ਗਰੰਟੀ ਵਾਲੇ ਗਹਿਣੇ ਲੈਣ ਲਈ ਪਹੁੰਚੋ 25416 104th ਐਵੇਨਿਊ ਸਾਊਥ-ਈਸਟ ਕੈਂਟ। मेरे वीर हाँ। मैं बस एक गल दस हाँ। आज जी तू ट्रेवलिंग कर दूध हाँ। तो तो फ्रैशिंग हाँ। <laughs> दो सो अठी तो फ्री कॉफी सर्विस फ्री ट्रक पार्किंग रोटी ठेका लॉन्ड्री शावर ट्रक हो सामान आसानी मिलेगा हूने कॉल करो तीन सो साठ छो बवंजा साठ छिया थ्री सिक्स जीरो फाइव टू सिक्स जीरो सिक्स सिक्स ये दो लोकेशन तो सेवा प्रदान कर ने सेकेंड लोकेशन लॉस्ट हिल ट्रेवल सेंटर चौदह आठ सौ चौदह एलोम स्ट्रीट लॉस्ट हिल्स फोन नंबर छह सौ इक्कावे तेईस चुरंजा trucking wale viro dhyan naal suno truck manual Ja automatic quick truck lube chete Ahinara na rakho truck di Badia service layi quick truck lube Logi TG location vi khol exit 579 from highway 401 in napanee Ahoji. koi appointment nahi drive through facility exit 579 from highway 401 in napanee quick truck lube the one stop shop 5196220660 ya ja quicktrucklube.com qtl because we care 3 -3 ट्रक यू स्टेट लाइन ट्रक एंड ट्रेलर वर्जीनिया स्टेट लाइन ਤੇ ਲੈ ਕੇ ਆਏ ਨੇ ট্রাক ਐਂਡ ਟ੍ਰੇਲਰ ਰਿਪੇਅਰ ਸ਼ਾਪ ਇੰਟਰਸਟੇਟ 81 ਦੇ ਐਗਜ਼ਿਟ 323 ਆਪੋਜ਼ਿਟ ਫਲਾਈਂਗ ਜੇ ট্রাক ਸ਼ਾਪ ਜਿੱਥੇ ট্রাকਾਂ ਦੀ ਹਰ ਤਰ੍ਹਾਂ ਦੀ ਤਸੱਲੀ ਬਖਸ਼ ਮੁਰੰਮਤ ਕੀਤੀ ਜਾਂਦੀ ਹੈ ਇਸ ਦੇ ਨਾਲ ਹੀ ਪਾਰਕਿੰਗ ਤੇ ਆਫਿਸ ਸਪੇਸ ਵੀ ਹੈ ਉਪਲਬਧ ਪੂਰੀ ਰਾਤ ਹਫਤਾਵਾਰ ਜਾਂ ਮਹੀਨਾਵਾਰ ਪਾਰਕਿੰਗ ਅਤੇ ট্রাক ਰਿਪੇਅਰ ਲਈ ਜ਼ਰੂਰ ਆਓ ਵਧੇਰੇ ਜਾਣਕਾਰੀ ਲਈ ਸੰਪਰਕ ਕਰੋ 6812600050 ਤੋਂ ਪ੍ਰੋਗਰਾਮ ਸ਼ਮਤਾਂ ਦੇ ਵਿੱਚ ਆਪਣਾ ਫਿਰ ਤੋਂ ਤੁਹਾਡਾ ਸਵਾਗਤ ਹੈ ਜੀ ਤੇ ਹੁਣ ਪੰਜਾਬ ਦੇ ਵਿੱਚ ਸਭ ਦੋ ਚੀਜ਼ਾਂ ਬੜੀਆਂ ਅਹਿਮ ਆ ਸਭ ਤੋਂ ਪਹਿਲਾਂ ਤਾਂ ਹੁਣ ਪੱਕੇ ਮੋਰਚੇ ਦੀ ਗੱਲ ਕਰਦੇ ਹਾਂ ਕਹਿੰਦੇ ਦਿੱਲੀ ਵਾਂਗ ਜਿਵੇਂ ਦਿੱਲੀ ਅੜਨੇ ਰਾਹ ਰੋਕ ਲਾ ਸੀ ਟਿਕਰੀ ਤੇ ਸਿੰਗੂ ਦਿੱਲੀ ਦੀ ਪੁਲਿਸ ਨੇ ਕਹਿੰਦੇ ਉਜੋ ਜੇ ਹਾਲਾਤ ਕਹਿੰਦੇ ਹੁਣ ਚੰਡੀਗੜ੍ਹ ਪੁਲਿਸ ਨੇ ਕਰਤੇ ਆ ਜੀ ਨਹੀਂ ਦਾਨੀਅਲੀ ਸਾਬ ਚੰਡੀਗੜ੍ਹ ਪੁਲਿਸ ਨੇ ਨਹੀਂ ਕੀਤੇ ਹੁਣ ਪੰਜਾਬ ਪੁਲਿਸ ਨੇ ਕੀਤੇ ਹੈ ਅੱਛਾ ਅਸਲ ਦੇ ਵਿੱਚ ਗੱਲ ਇਹ ਹੈ ਕਿ ਜਿਹੜੀ ਪਿਛਲੇ ਦਿਨਾਂ ਦੇ ਵਿੱਚ ਜੋ ਘਟਨਾ ਵਾਪਰੀ ਹੈ 8 ਫਰਵਰੀ ਨੂੰ ਹੂੰ ਹੂੰ 7 ਜਨਵਰੀ ਨੂੰ ਪੱਕਾ ਇਨਸਾਫ ਮੋਰਚਾ ਲੱਗਿਆ ਸੀ ਜੀ ਪੱਕੇ ਇਨਸਾਫ ਮੋਰਚੇ ਤੇ ਚੱਲਦਾ ਕੰਮ ਸਾਰਾ ਠੀਕ ਠਾਕ ਚੱਲੀ ਜਾਂਦਾ ਸੀ ਨਿੱਕੀਆਂ-ਮੁਟੀਆਂ ਕਿਡਰਾਮਾਂ ਨੂੰ ਛੱਡ ਕੇ ਹੂੰ ਹੂੰ ਦੋ ਘਟਨਾਵਾਂ ਹੋਈਆਂ ਸੀ ਇੱਕ ਬਲਜੀਤ ਸਿੰਘ ਦਾਦੂਵਾਲ ਉਹਨਾਂ ਦੇ ਨਾਲ ਕੁਝ ਥੋੜੀ-ਬਹੁਤੀ ਤਕਰਾਰਬਾਜੀ ਹੋਈ ਸੀਗੀ ਕੁਝ ਨੌਜਵਾਨਾਂ ਦੀ ਜੀ ਤੇ ਦੂਜੇ ਜਿਹੜੇ ਸ਼੍ਰੋਮਨੀ ਗੁਰਦੁਆਰਾ ਪ੍ਰਬੰਧ ਕਮੇਟੀ ਦੇ ਪ੍ਰਧਾਨ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਹਮ ਉਹਨਾਂ ਦੀ ਗੱਡੀ ਦੀ ਪੰਨ ਤੋੜ ਹੋਈ ਸੀ ਜੀ ਤੀਜੀ ਗੱਲ ਇਹ ਹੋਈ ਸੀ ਇਹਦੇ ਵਿੱਚ ਤੁਸੀਂ ਉਹ ਸ਼ਾਇਦ ਦੇਖਿਆ ਹੋਣਾ ਕਿ ਕੁਝ ਲੋਕਾਂ ਨੇ ਹਮ ਸ਼ਾਮ ਨੂੰ ਉੱਥੇ ਬੈਠ ਕੇ ਨਾਰੇ ਲਾਏ ਸੀ ਕਿ ਦੁੱਕੀ ਤਿੱਕੀ ਚੱਕ ਦੇਾਂਗੇ ਤੌਣ ਤੇ ਗੋਡੇ ਰੱਖ ਦੇਾਂਗੇ ਜੀ ਤੇ ਕਾਮਰੇਡ ਸ਼ਾਹੀ ਨਹੀਂ ਚਲੇਗੀ ਹੂੰ ਹੂੰ ਇਹ ਇਲਜ਼ਾਮ ਵੀ ਲੱਗਣ ਲੱਗੇ ਸੀ ਕਿ ਇਸ ਮੋਰਚੇ ਦੇ ਉੱਤੇ ਕਾਮਰੇਡਾਂ ਨੇ ਕਬਜ਼ਾ ਕਰ ਲਿਆ ਹੂੰ ਹੂੰ ਇਹ ਇਹਦੀਆਂ ਗੱਲਾਂ ਬਾਤਾਂ ਹੋਈਆਂ ਸੀ ਕੁੱਲ ਮਿਲਾ ਕੇ ਸਾਰਾ ਮਾਮਲਾ ਸ਼ਾਂਤ ਰਿਹਾ ਸੀ ਨਿੱਕੀਆਂ ਮੋਟੀਆਂ ਗੱਲਾਂ ਹੁੰਦੀਆਂ ਰਹਿੰਦੀਆਂ ਇਹਨਾਂ ਚ ਕੋਈ ਰੋਕ ਨਹੀਂ ਸਕਦਾ ਕਿਉਂਕਿ ਡੋਡੀਆਂ ਆਪੋ ਆਪਣੇ ਵਿਚਾਰ ਹੁੰਦੇ ਕੋਈ ਕੁਝ ਕਰਨ ਲੈਂਦੇ ਕੋਈ ਕੁਝ ਕਰਨ ਲੈਂਦੇ ਲੇਕਿਨ 8 ਫਰਵਰੀ ਨੂੰ ਜਿਹੜਾ ਉੱਥੇ ਟਕਰਾਅ ਹੋਇਆ ਜੀ ਉਹ ਬੜਾ ਮੰਦ ਭਾਗਾ ਹੋਇਆ ਹੂੰ ਹੂੰ ਕਿਉਂਕਿ 8 ਫਰਵਰੀ ਨੂੰ ਜਦੋਂ ਕੱਤੀ ਸਿੰਘ ਜਾ ਰਹੇ ਸੀ ਜਿਨ੍ਹਾਂ ਨੇ ਜਾ ਕੇ ਕਿਹਾ ਸੀ ਕਿ ਅਸੀਂ ਮੁੱਖ ਮੰਤਰੀ ਸਾਹਿਬ ਦੇ ਦਫਤਰ ਦਾ ਮਕਾਨ ਦੇ ਸਾਹਮਣੇ ਜੀ ਰਹੈਸ ਤੋਂ ਸਾਹਮਣੇ ਜਾ ਕੇ ਪਾਠ ਕਰਨਾ ਔਰ ਉਦੋਂ ਬਾਅਦ ਅਰਦਾਸ ਕਰਨੀ ਤੇ ਅਰਦਾਸ ਕਰਕੇ ਸੀ ਵਾਪਸ ਆ ਜਾਣਾ ਜੀ ਉਹ ਜਾ ਰਹੇ ਸੀ ਪਹਿਲਾਂ ਵੀ ਉਹਨਾਂ ਨੂੰ ਰੋਕਿਆ ਜਾਂਦਾ ਸੀ ਉਸ ਦਿਨ ਵੀ ਰੋਕਿਆ ਗਿਆ ਜੀ ਲੇਕਿਨ ਉਦੋਂ ਕਿਸੇ ਸ਼ਰਾਰਤੀ ਤੱਤ ਨੇ ਕਿਸੇ ਕਿਸਮ ਦੇ ਕੋਈ ਇਹ ਰਿਹਾ ਪੱਥਰਬਾਜ਼ੀ ਕਰਤੀ ਹੂੰ ਹੂੰ ਤੇ ਪੱਥਰਬਾਜ਼ੀ ਨਾਲ ਜਿਹੜੀ ਹੈਗੀ ਹੈ ਗੱਲ ਵੱਧ ਗਈ ਜੀ ਪੁਲਿਸ ਨੇ ਉੱਥੇ ਆਪਣੀ ਤਾਕਤ ਦੀ ਵਰਤੋਂ ਕੀਤੀ ਤੇ ਉਹਦਾ ਜਦੋਂ ਪਤਾ ਲੱਗਿਆ ਪੱਕੇ ਮੂਰਤੇ ਦੇ ਵਿੱਚ ਜਿੱਥੇ ਉਹਨਾਂ ਦਾ ਮੁਕਾਮ ਸੀ ਕਿਉਂਕਿ ਇਹ ਬਾਡਰ ਤੇ ਗਾਂ ਹੋਇਆ ਪੱਕਾ ਮੂਰਤ ਆਪਸ਼ਾਰ ਲੱਗਿਆ ਸੀ ਜੀ ਉੱਥੇ ਲੋਕਾਂ ਦੇ ਵਿੱਚ ਉਹ ਤੇਜ ਨਾ ਪੈਦਾ ਹੋ ਗਈ ਤੇ ਲੋਕ ਉੱਥੋਂ ਭੱਜ ਕੇ ਤੁਰ ਪਏ ਜੀ ਉੱਥੇ ਨੇ ਕਿ ਸਿੰਘ ਵੀ ਸੀਗੇ ਤੇ ਨੇ ਕਿ ਸਿੰਘ ਵੀ ਚੱਲ ਪਏ ਨੇ ਸਿੰਘਾਂ ਦੇ ਕੋਲੇ ਘੋੜੇ ਸੀ ਔਰ ਉਹਨਾਂ ਨੇ ਫਿਰ ਉਸ ਤਰ੍ਹਾਂ ਜਿਹੜੀ ਉੱਥੇ ਟੱਕਰ ਹੋਈ ਜੀ ਉਹ ਟੱਕਰ ਦੇ ਵਿੱਚ ਹਾਲਤ ਇਹ ਬਣ ਗਈ ਸੀ ਹੂੰ ਕਿ ਪੁਲਿਸ ਵਾਲੇ ਭੱਜਲੇ ਸੀ ਉਹਨਾਂ ਦੇ ਸੱਟਾਂ ਫੇਟਾਂ ਵੀ ਵੱਜੀਆਂ ਹੂੰ ਤੇ ਉਹਨਾਂ ਦੇ ਬੈਰੀ ਬੂਰੀ ਕੀੜ ਜਿਹੜੇ ਉਹ ਖਲਿਆਰਤੇ ਸੀ ਜੀ ਬਾਦ ਦੇ ਵਿੱਚ ਇਹ ਇਲਜ਼ਾਮ ਵੀ ਲੱਗੇ ਜਿਹੜੀ ਐਫ ਆਈ ਆਰ ਦਰਜ ਕੀਤੀ ਹੈ ਕਿ ਪੁਲਿਸ ਵਾਲਿਆਂ ਨੇ ਕਿਹਾ ਕਿ ਲੈਪਟਾਪ ਆਪਣਾ ਕਿਉਂ ਦਿਆ ਜਿਹੜਾ ਸੁੱਤੇ ਲੈਂਦੇ ਹੁੰਦੇ ਆਪਣਾ ਹੈਲਮਟ ਹੈਲਮਟ ਤੇ ਹੈਲਮਟ ਲੈ ਕੇ ਜੀ ਸਾਡੇ ਸਾਡੀਆਂ ਜੈਕਟਾਂ ਲੈ ਕੇ ਉਹ ਮੁੰਡਾ ਇੱਕ ਲੈ ਵੀ ਗਿਆ ਸੀ ਉਹ ਅੱਛਾ ਉਹ ਸਾਡੇ ਭਾਨ ਸਿੰਘ ਹਾਂ ਬੈਰੀਕੇਡ ਵਗੈਰਾ ਜਿਹੜੀ ਹੈਗੀ ਸੀ ਸਾਡੇ ਉਹ ਵੀ ਚੁੱਕ ਕੇ ਲੈ ਗਈ ਉਹ ਵਗੈਰਾ ਵਗੈਰਾ ਕਰਕੇ ਉਹਨਾਂ ਨੇ ਕੇਸ ਰਜਿਸਟਰ ਕਰਤਾ ਪਰ ਨਾਲ ਹੀ ਦੰਨੇ ਵਾਲੀ ਇਹ ਸਭ ਉਸ ਦਿਨ ਜਿਹੜੇ ਡੀਜੀਪੀ ਐ ਚੰਡੀਗੜ੍ਹ ਪੁਲਿਸ ਦੇ ਜੀ ਉਹਨਾਂ ਨੇ ਇਸ ਗੱਲ ਤੇ ਗਿਲਾ ਜਾਰ ਕੀਤਾ ਸੀ ਕਿ ਪੰਜਾਬ ਪੁਲਿਸ ਨੂੰ ਸਾਰੀ ਅਸੀਂ ਇਨਪੁਟ ਪ੍ਰੋਵਾਈਡ ਕਰਦੇ ਆ ਹੂੰ ਹੂੰ ਉਹਨਾਂ ਨੂੰ ਸਾਰੀ ਦੀ ਸਾਰੀ ਫੀਡਬੈਕ ਅਸੀਂ ਦਿੰਨੇ ਆ ਉਹ ਸਾਡੇ ਨਾਲ ਵੀ ਸ਼ੇਅਰ ਕਰਦੇ ਸੀ ਲੇਕਿਨ ਉਹਨਾਂ ਨੇ ਆਪਣੀ ਬਣਦੀ ਭੂਮਿਕਾ ਨਹੀਂ निभाई ਨਹੀਂ निभाई ਪੰਜਾਬ ਪੁਲਿਸ ਪਾਸੇ ਹੋ ਕੇ ਖੜੋਤੀ ਰਹੀ ਹੈ ਉਹਨਾਂ ਨੇ ਰੋਕਿਆ ਨਹੀਂ ਉਹਨਾਂ ਨੂੰ ਉਹ ਰੋਕ ਸਕਦੇ ਸੀ ਜੀ ਵੈਸੇ ਵੀ ਠੀਕ ਆ ਵੀ ਚੰਡੀਗੜ੍ਹ ਪੁਲਿਸ ਬਗਾਨੀ ਪੁਲਿਸ ਆ ਪੰਜਾਬ ਦੀ ਪੁਲਿਸ ਆ ਆਪਦੀ ਪੁਲਿਸ ਆ ਸਾਰਾ ਦਿਨ ਮੁੰਡੇ ਵਿੱਚ ਹੀ ਫਿਰਦੇ ਰਹਿੰਦੇ ਹੂੰ ਹੂੰ ਉਹਨਾਂ ਦੇ ਇਸ ਗੱਲ ਦੇ ਉੱਤੇ ਫਿਰ ਥੋੜਾ ਜਿਹਾ ਹੈ ਲਗਦਾ ਸੀ ਕਿ ਗੱਲ ਵਧੂਗੀ ਜੀ ਪਰ ਮੈਨੂੰ ਯਾਦ ਆ ਪਦਾ ਏ ਕਿ ਸ਼ਾਇਦ ਇੱਕ ਕੇਂਦਰੀ ਗ੍ਰਹਿ ਮੰਤਰਾਲੇ ਦਾ ਦਖਲ ਸੀ ਜੀ ਕਿ ਦੋਨਾਂ ਪਾਸਿਆਂ ਦੇ ਡੀਜੀਪੀ ਫਿਰ ਆਪਸ ਵਿੱਚ ਬੈਠ ਕੇ ਕੁਝ ਹੋਰ ਅਫਸਰ ਵੀ ਵਿਚ ਬੈਠੇ ਤੇ ਉਹਨਾਂ ਨੇ ਇੱਕ ਕੋਈ ਸਾਂਝੀ ਪਹੁੰਚ ਅਪਣਾ ਲਈ ਜੀ ਉਸ ਸਾਂਝੀ ਪਹੁੰਚ ਅਪਣਾਉਣ ਤੋਂ ਬਾਅਦ ਪੰਜਾਬ ਵਾਲੇ ਪਾਸੇ ਪੁਲਿਸ ਮੁਸਤੈਦ ਹੋਈ ਜੀ ਲੇਕਿਨ ਆਖਬਾਰਾਂ ਜਿਹੜੀਆਂ ਅਖਬਾਰਾਂ ਦੇ ਵਿੱਚ ਲੱਗੀਆਂ ਵੀ ਉਹ ਮੁਸਤੈਦ ਇੰਨੀ ਜ਼ਿਆਦਾ ਹੋਗੀ ਹੂੰ ਹੂੰ ਕਿ ధਨੇ ਵਾਲਿਆ ਜੀ ਤੁਹਾਡੇ ਯਾਦ ਹੋਣਾ ਹੈ ਜੀ ਜਦੋਂ ਪੰਜਾਬ ਦੇ ਵਿੱਚ ਪੁਲਿਸ ਦੇ ਨਾਲ ਨਾਲ ਆਰਮੀ ਵੀ ਤਾਇਨਾਤ ਸੀ ਅੱਛਾ ਜੀ ਤੇ ਆਰਮੀ ਵਾਲੇ ਆਪਰੇਸ਼ਨ ਕਰਦੇ ਹੁੰਦੇ ਸੀ ਤੇ ਉਸ ਆਪਰੇਸ਼ਨ ਵੇਲੇ ਆਰਮੀ ਵਾਲੇ ਬੁਲਟ ਪ੍ਰੂਫ ਟਰੈਕਟਰ ਇਸਤੇਮਾਲ ਕਰਦੇ ਸੀ ਹਾਂ ਕਰਦੇ ਸੀ ਬਿਲਕੁਲ ਜਿਹੜੇ ਬੁਲਟ ਪ੍ਰੂਫ ਟਰੈਕਟਰ ਉਹ ਇਸਤੇਮਾਲ ਕਰਦੇ ਹੁੰਦੇ ਸੀ ਹੂੰ ਹੂੰ ਉਹੀ ਬੁਲਟ ਪ੍ਰੂਫ ਟਰੈਕਟਰ ਫਿਰ ਮੁੜ ਕੇ ਜਿਹੜੇ ਹੈਗੇ ਆ ਪੰਜਾਬ ਪੁਲਿਸ ਨੇ ਵੀ ਯੂਜ਼ ਕੀਤੇ ਸੀ ਯੂਜ਼ ਕਰਨੇ ਸ਼ੁਰੂ ਕਰਤੇ ਸੀਗੇ ਇਹਨਾਂ ਨੇ ਆਪਣੇ ਵੀ ਬਣਾ ਲਏ ਸੀ ਹੂੰ ਹੂੰ ਕੇ ਪੀਐਸ ਗਿੱਲ ਜਿਹੜੇ ਹੁੰਦੇ ਸੀ ਆਪਣੇ ਪੰਜਾਬ ਉਹ ਬਾਦ ਨਲਾਮ ਕਰਤੇ ਸੀ ਇਹ ਡੀਜੀਪੀ ਹੁੰਦੇ ਸੀ ਡੀਜੀਪੀ ਹੁੰਦੇ ਸੀ ਔਰ ਕੇਪੀਐਸ ਗੇਲੋ ਰਾ ਨੇ ਕੁਝ ਟਰੈਕਟਰ ਤੇ ਕੁਝ ਸਕਾਰਪਿਓ ਗੱਡੀਆਂ ਉਹ ਬੁਲਟ ਪ੍ਰੂਫ ਕਰਾਇਆ ਸੀ ਜੀ 47 ਕਰੋੜ ਰੁਪਇਆ ਉਹਨਾਂ ਤੇ ਲੱਗਿਆ ਸੀ ਫਿਰ ਉਹਨਾਂ ਦੇ ਵਿੱਚੋਂ ਕੁਝ ਟਰੈਕਟਰ ਹਾਲੇ ਉਹ ਸਕਾਰਪਿਓ ਨਹੀਂ ਆਈਆਂ ਸੀ ਉਦੋਂ ਜਿਪਸੀਆਂ ਤੇ ਕਰਾਇਆ ਜਿਪਸੀ ਇਹਨਾਂ ਨੇ ਜੋ ਅਖਬਾਰ ਦੇ ਵਿੱਚ ਲਿਖਿਆ ਸਕਾਰਪਿਓ ਗਲਤ ਲਿਖਦੇ ਹੋ ਤਾਂ ਸਕਾਰਪਿਓ ਆਈ ਨਹੀਂ ਸੀ ਹਾਂ ਉਹਨਾਂ ਨੇ ਸਕਾਰਪਿਓ ਲਿਖਿਆ ਵੀ ਸਕਾਰਪਿਓ ਗੱਡੀਆਂ ਸੀ ਜਿਪਸੀਆਂ ਹੋਣਗੀਆਂ ਪਰ ਉਹ ਕਹਿੰਦੇ ਵੀ ਉਹ ਉਹਨਾਂ ਵਿੱਚੋਂ ਟਰੈਕਟਰ ਕੁਝ ਪੁਲਿਸ ਲਾਈਨਾਂ 'ਚ ਖੜੇ ਸੀ ਹਾਲੇ ਉਹਨਾਂ ਟਰੈਕਟਰਾਂ ਨੂੰ ਹੁਣ ਫੇਰ ਸ਼ੰਗਾਰ ਸ਼ੂਰ ਕੇ ਲਿਆ ਜਾਂਦਾ ਹੈ ਜੀ ਅਰੋ ਟਰੈਕਟਰ ਲੈ ਆ ਕੇ ਉੱਥੇ ਖੜੇ ਕਰਦੇ ਹੂੰ ਹੂੰ ਟਰੈਕਟਰ ਵੀ ਖੜੇ ਕਰਦੇ ਗੱਡੀਆਂ ਵੀ ਖੜੀਆਂ ਕਰਤੀਆਂ ਹੂੰ ਹੂੰ ਮਤਲਬ ਪ੍ਰਭਾਵ ਦੇ ਦੇਣਾ ਸ਼ੁਰੂ ਕਰਤਾ ਕਿ ਜੀ ਅਸੀਂ ਬਹੁਤ ਵੱਡੀ ਮੋਰਚਾ ਬੰਦੀ ਕਰ ਲਈਏ ਜੀ ਇਹ ਦੋਨੇ ਗੱਲਾਂ ਹੀ ਹੈ ਹੂੰ ਮੁਸਤੈਦ ਰਹਿਣਾ ਪੁਲਿਸ ਦਾ ਚੌਕਸ ਰਹਿਣਾ ਇਹਨਾਂ ਦੀ ਜ਼ਿੰਮੇਵਾਰੀ ਬਣਦੀ ਹੈ ਉਹਨਾਂ ਦਾ ਫਰਜ਼ ਹੈ ਜੀ ਉਹਨਾਂ ਦਾ ਹਿੱਸਾ ਉਹਨਾਂ ਨੂੰ ਕਰਨਾ ਚਾਹੀਦਾ ਹੈ ਹੂੰ ਹੂੰ ਪਰ ਇਹ ਵੀ ਜਿਹੜੀ ਹੈਗੀ ਜੇ ਆਪਾਂ ਗੱਲ ਕਹੀਏ ਕਿ ਇਹ ਕੋਈ ਬਹੁਤ ਹੀ ਚੰਗੀ ਗੱਲ ਹੈ ਜੇ ਕਦੇ ਕਿਸੇ ਤੇ ਉੱਥੇ ਆਪਾਂ ਦਬਕਾ ਜਾ ਮਾਰ ਗਏ ਹੂੰ ਹੂੰ ਡਰਾਵਾ ਜਾ ਪਾਈਏ ਤਾਂ ਉਹਦਾ ਉਹਦਾ ਕਈ ਵਾਰੀ ਉਲਟ ਪ੍ਰਤੀਕਰਮ ਵੀ ਹੋ ਜਾਂ ਇਹ ਹੁਣ ਇਹਨਾਂ ਨੇ ਦੇਖਣਾ ਹੈ ਵੀ ਇਹਨਾਂ ਨੂੰ ਕਿਸੇ ਟੱਕ ਕਿਸ ਢੰਗ ਦੇ ਨਾਲ ਇਸ ਮਾਮਲੇ ਨੂੰ ਸਾਰੇ ਨੂੰ ਹੈਂਡਲ ਕਰ ਲੈ ਹੈਂਡਲ ਕਰਨਾ ਜੀ ਚਲੋ ਇਹ ਤਾਂ ਉਹ ਗੱਲ ਹੋਈ ਜੀ ਤੇ ਹੁਣ ਨੈib ਤਹਿਸੀਲਦਾਰਾਂ ਦਾ ਜਿਹੜਾ ਤੁਹਾਨੂੰ ਪਤਾ ਨਕਲ ਕਰਕੇ ਵੱਡੇ ਜਵਾਕਾਂ ਦਾ ਕਈਆਂ ਦਾ ਪਾੜਿਆਂ ਦਾ ਵੀ ਪੂਖ ਖਤਰੇ 'ਚ ਲਟਕ ਗਿਆ ਸੀ ਉਹਦਾ ਕੀ ਬਣੂਗਾ ਦਨਿਆਲੀਆ ਸਾਹਿਬ ਇਹ ਨਕਲ ਨਾ ਤਾਂ ਕੋਈ ਪਹਿਲੀ ਵਾਰੀ ਵਜਈਏ ਤੇ ਨਾ ਹੀ ਆਖਰੀ ਵਾਰੀ ਹੈ ਏ ਹਰਿਆਣੇ ਦੇ ਵਿੱਚੋਂ ਵੀ ਖਬਰ ਆਈ ਜਾਂਦੀਆਂ ਹਿਮਾਚਲ ਪ੍ਰਦੇਸ਼ ਦੇ ਵਿੱਚੋਂ ਵੀ ਖਬਰਾਂ ਆਈ ਜਾਂਦੀਆਂ ਇੱਥੇ ਪੰਜਾਬ ਦੇ ਵਿੱਚ ਵੀ ਬਥੇਰੀਆਂ ਨਕਲਾਂ ਨਕਲਾਂ ਕੀ ਸਿਸਟਮ ਹੀ ਬਦਲ ਗਿਆ ਜੀ ਜੀ ਐਸ ਢੰਗ ਦੇ ਨਾਲ ਕਿ ਜਿਹਨਾਂ ਬੰਦਿਆਂ ਦੇ ਨਾਲ ਸੌਦੇਬਾਜ਼ੀ ਹੋ ਗਈ ਜਿਨ੍ਹਾਂ ਤੋਂ ਪੈਸੇ ਲੈ ਲੇ ਉਹਨਾਂ ਨੂੰ ਪਹਿਲਾਂ ਹੀ ਸਾਰਾ ਪੇਪਰ ਵਗੈਰਾ ਲੀਕ ਹੋ ਜਾਂਦਾ ਪੇਪਰ ਪਹਿਲਾਂ ਕਰਵਾ ਕੇ ਸਾਰਾ ਤਿਆਰ ਕਰਵਾ ਦਿੱਤਾ ਜਾਂਦਾ ਵਕ ਵਕਾ ਹਮਾ ਤੇ ਜਾ ਕੇ ਤੇ ਬੰਦੇ ਜਾ ਕੇ ਬਹਿ ਜਾਂਦੇ ਇਮਤਿਹਾਨਾਂ ਦੇ ਵਿੱਚ ਉਹ ਪਾਸ ਹੋ ਜਾਂਦੇ ਜਿਨ੍ਹਾਂ ਨੇ ਰਾਤਾਂ ਚਾਖੀਆਂ ਹੁੰਦੀਆਂ ਜਿਹੜਾ ਨੇ ਬਹੁਤ ਜ਼ਿਆਦਾ ਤੁਹਾਡਾ ਮਿਹਨਤ ਕੀਤੀ ਹੁੰਦੀ ਹੈ ਹਿੰਮਤ ਕੀਤੀ ਹੁੰਦੀ ਹੈ ਉਹ ਪਛੜ ਜਾਂਦੇ ਕਿਉਂਕਿ ਉਹਨਾਂ ਨੇ ਪੜ੍ਹਾਈ ਕੀਤੀ ਵੀ ਐ ਤੇ ਅਗਲੇ ਨੂੰ ਬੜਾ ਬੜਾ ਸੈੱਟ ਮਿਲ ਜਾਣਾ ਸਾਰਾ ਉਹਨਾਂ ਨੇ ਕਰ ਦਿੱਤਾ ਜਾਂਦਾ ਇਹ ਉਸ ਤਰ੍ਹਾਂ ਹੋਇਆ ਸੀ ਨਹਿਤ ਤਸੀਲਦਾਰਾਂ ਦੀ ਜਿਹੜੀ ਹੈਗੀ ਹੈ ਭਰਤੀ ਉਹ ਭਰਤੀ ਦਿੱਤੀ ਸੀਗੀ ਇਹਨਾਂ ਨੂੰ ਪਬਲਿਕ ਸਰਵਿਸ ਕਮਿਸ਼ਨ ਨੂੰ ਪੰਜਾਬ ਦੇ ਜੀ ਪੰਜਾਬ ਦੇ ਪਬਲਿਕ ਸਰਵਿਸ ਕਮਿਸ਼ਨ ਨੇ ਉਹਨਾਂ ਦੇ ਇਮਤਿਹਾਨ ਲਈ ਹਮ ਇਮਤਿਹਾਨ ਜੋ ਰਿਜ਼ਲਟ ਆ ਗਿਆ ਹਮ ਉਸ ਰਿਜ਼ਲਟ ਦੇ ਵਿੱਚ ਕੁਝ ਉਹ ਲੋਕ ਚੁਣੇ ਗਏ ਹਮ ਜਿਹੜੇ ਲੋਕ ਪਟਵਾਰੀ ਦੇ ਟੈਸਟ ਤੋਂ ਫੇਲ ਹੋ ਗਏ ਸੀ ਜੀ ਹੋਰ ਨਿੱਕੇ ਨਿੱਕੇ ਟੈਸਟਾਂ ਜੋ ਪਟਵਾਰੀ ਦੇ ਟੈਸਟ ਜੋ ਫੇਲ ਹੋਗੇ ਤੇ ਨਾ ਤਸੀਲਦਾਰ ਦੇ ਟੋਪਰ ਹੋਗੇ ਹੂੰ ਹੂੰ ਉਧਰੋਂ ਪਾਸ ਲਿਓਗੇ ਨੰਬਰ ਬਹੁਤ ਵਧੀਆ ਲੱਗੇਗੀ ਹੂੰ ਹੂੰ ਔਰ ਕਿਉਂਕਿ ਉਹ ਲੋਕ ਜਿਹੜੇ ਸੀਗੇ ਉਹਨਾਂ ਦਾ ਆਲੇ ਦੁਆਲੇ ਜਿਹੜਾ ਉਹ ਸੰਗਰੂਰ ਦੇ ਨਾਲ ਆਲੇ ਦੁਆਲੇ ਸੀ ਕੁਝ ਮਤਲਬ ਹੂੰ ਹੂੰ ਮੂਨਕ ਵਗੈਰਾ ਤੇ ਉਹ ਪਿੰਡ ਲੈ ਰਾਗਾਗਾ ਇਹ ਤੇ ਫਿਰ ਬਹੁਤ ਸਾਰੇ ਲੋਕਾਂ ਨੇ ਇਸ ਗੱਲ ਨੂੰ ਭਗਵੰਤ ਸਿੰਘ ਮਾਨ ਨਾਲ ਜੋੜਤਾ ਸੀ ਜੀ ਕਿ ਜੀ ਮੁੱਖ ਮੰਤਰੀ ਦੇ ਹਲਕੇ ਦੇ ਬੰਦੇ ਜਿਹੜੇ ਹੈਗੇ ਆ ਉਹ ਆ ਗਏ ਹੂੰ ਖੈਰ ਬਹੁਤ ਵਧੀਆ ਗੱਲ ਹੋਈ ਪੰਜਾਬ ਪੁਲਿਸ ਨੂੰ ਮੈਂ ਕਹੂੰਗਾ ਵੀ ਜਿਹੜੀ ਟੀਮ ਨੇ ਟ੍ਰੇਸ ਕੀਤਾ ਮਾਮਲਾ ਵਧਾਈ ਦੀ ਪਾਤਰ ਹੈ ਹਮਮ ਔਰ ਉਹਨਾਂ ਨੇ ਜਿਹੜੀ ਹੈਗੀ ਹੈ ਇੱਕ ਬੜੀ ਕਸੂਤੀ ਸਥਿਤੀ ਚ ਪੰਜਾਬ ਸਰਕਾਰ ਜਿਹੜੀ ਫਸ ਰਹੀ ਸੀਗੀ ਉਹਨੂੰ ਕਢਾ ਲਿਆ ਜਦੋਂ ਉਹਨਾਂ ਨੇ ਉਸ ਗੈਂਗ ਨੂੰ ਗ੍ਰਿਫਤਾਰ ਕਰ ਲਿਆ ਫੜ ਲੈ ਕੇ ਜੀ ਆਹ ਬੰਦੇ ਐ ਤੇ ਇਹਨਾਂ ਬੰਦਿਆਂ ਨੇ ਇਹ ਸਾਰਾ ਕੁਝ ਕਰਵਾਇਆ ਗੱਲ ਦਾ ਨੇੜੇ ਸਭ ਹੁਣ ਨਮੀ ਪਤਾ ਲੱਗੀ ਹੈ ਵੀ ਕਰਵਾਇਆ ਕੀ ਹਮਮ ਉਹਨਾਂ ਨੇ ਡਿਜੀਟਲ ਟੈਕਨੀਕ ਇਸਤੇਮਾਲ ਕਰ ਲਈ ਜੀ ਕਿ ਤੁਹਾਡੇ ਕੋਲ ਘੜੀ ਬਣੀ ਵੀ ਐ ਘੜੀ ਜੋ ਤੇ ਆ ਗਿਆ ਜਿਗਾਰਦ ਜਾਂ ਤੁਹਾਡੇ ਕੰਨਾਂ ਦੇ ਵਿੱਚੋਂ ਲੱਗਿਆ ਵਾਟਸੇ ਲੱਗੇ ਉਹਦੇ ਰਾਹੀਂ ਐਸ ਢੰਗ ਦੇ ਨਾਲ ਮਤਲਬ ਜਿਹੜੇ ਉਹਨਾਂ ਨੂੰ ਪੇਪਰ ਬਾਹਰੋਂ ਕਰਵਾਏ ਜਾ ਰਹੇ ਸੀ ਉਹਨਾਂ ਨੇ ਪੇਪਰ ਕਰ ਲਈ ਉਹ ਬੰਦੇ ਕੋਈ ਬਹੁਤੇ ਨਹੀਂ ਮੇਰੇ ਖਿਆਲ ਨਾਲ ਉਹਨਾਂ ਦੀ ਗਿਣਤੀ ਦਰਜਨ ਦੇ ਕਰੀਬ ਹੀ ਹੋਗੀ ਹਾਂ ਬਸ ਉਹੀ ਸੀਗੇ ਤੇ ਉਹ ਦਰਜਨ ਕਿ ਬੰਦੇ ਫੜੇ ਗਏ ਸੀ ਰਗੜੇ ਸਾਰੇ ਗਏ ਤੇ ਹੁਣ ਉਹਦੇ ਚ ਜਿਹੜੇ ਉਹਦੋਂ ਜਿਹੜੇ ਐ ਜਿਹਨਾਂ ਬੱਚਿਆਂ ਨੇ ਪੂਰੀ ਮਿਹਨਤ ਕੀਤੀ ਸੀਗੀ ਪੂਰੀ ਉਹਨਾਂ ਨੇ ਪੜ੍ਹਾਈ ਕੀਤੀ ਸੀ ਉਹ ਆਗੇ ਸੀ ਉਹਨਾਂ ਨੂੰ ਤਾਂ ਕਿਸੇ ਨੂੰ ਫੜਿਆ ਨਹੀਂ ਸੀ ਆ ਉਹ ਆਪਣੇ ਕੋਲੇ ਵੀ ਆ ਕੇ ਗਏ ਆ ਬੱਚੇ ਉਹਨਾਂ ਨੇ ਚੰਡੀਗੜ੍ਹ ਪ੍ਰੈਸ ਕਾਨਫਰੰਸ ਵੀ ਕੀਤੀ ਸੀ ਤੇ ਉਹਨਾਂ ਨੇ ਸਰਦਾਰ ਭਗਵੰਤ ਸਿੰਘ ਮਾਨ ਨੂੰ ਚਿੱਠੀ ਵੀ ਲਿਖੀ ਮੈਮੋਰੰਡਮ ਵੀ ਭੇਜਿਆ ਸੀ ਜੀ ਸਾਡਾ ਤਾਂ ਕੋਈ ਕਸੂਰ ਨਹੀਂ ਨਾ ਜਿਹੜੇ ਗੁਨਾਹਗਾਰ ਸੀ ਤੁਸੀਂ ਫੜ ਲਿਓ ਗ੍ਰਿਫਤਾਰ ਹੋ ਚੁੱਕੇ ਆ ਉਹਨਾਂ ਦਾ ਰਿਜ਼ਲਟ ਕੈਨਸਲ ਕਰ ਦਿਓ ਘੱਟੋ ਘੱਟ ਸਾਨੂੰ ਤਾਂ ਸਾਡੀ ਨੌਕਰੀ ਤੇ ਜੁਆਇਨ ਕਰਵਾ ਲਓ ਪਰ ਹੁਣ ਜਿਹੜਾ ਪੰਜਾਬ ਦਾ ਰੈਵਨਿਊ ਡਿਪਾਰਟਮੈਂਟ ਹੈ ਜੀ ਕਹਿੰਦੇ ਉਹਨਾਂ ਨੇ ਫੈਸਲਾ ਹੀ ਇਹ ਕਰ ਲਿਆ ਅੱਛਾ ਕਿ ਜੀ ਇਹ ਪਰ ਜਿਹੜੀ ਹੈਗੀ ਆ ਦੁਬਾਰਾ ਇਮਤਿਹਾਨ ਲਏ ਜਾਣਗੇ ਔਰ ਇਹਨਾਂ ਦੇ ਜਿਹੜੇ ਅਧਿਕਾਰੀ ਆ ਉਹਨਾਂ ਅਧਕਾਰੀਆਂ ਨੇ ਵਕਾਇਦਾ ਪਬਲਿਕ ਕਿ ਪੇਪਰ ਤੁਸੀਂ ਦੁਬਾਰਾ ਲਓ ਇਹਦਾ ਮਤਲਬ ਪ੍ਰਾਣੀ ਸਾਰੀ ਪ੍ਰਕਿਰਿਆ ਖਤਮ ਹੋ ਗਈ ਜਿਹੜੀ ਉਹ ਭਰਤੀ ਹੋਈ ਸੀ ਉਹ ਰੱਦ ਹੋ ਗਈ ਤੇ ਹੁਣ ਨਵੀਂ ਭਰਤੀ ਹੈ ਜਿਹੜੀ ਉਹ ਨਵੇਂ ਤਰੀਕੇ ਦੇ ਨਾਲ ਜਿਹੜੀ ਹੈਗੀ ਪਬਲਿਕ ਸਰਵਿਸ ਕਮਿਸ਼ਨ ਵਾਲੇ ਕਰਾਉਣਗੇ ਕਹਿੰਦੇ ਹੈ ਜੀ ਹੁਣ ਪਬਲਿਕ ਸਰਵਿਸ ਕਮਿਸ਼ਨ ਵਾਲਿਆਂ ਨੇ ਕਹਿੰਦੇ ਫੈਸਲਾ ਕੀਤਾ ਹੈ ਅੱਜ ਮੈਂ ਅਖਬਾਰ ਚ ਦੇਖ ਰਿਹਾ ਸੀਗਾ ਇੱਕ ਅਫਸਰ ਨੇ ਕਿਹਾ ਕਹਿੰਦੇ ਜੀ ਹੁਣ ਅਸੀਂ ਜੈਮਰ ਲਾ ਦਾਂਗੇ ਵਾਲੇ ਦੁਆਲੇ ਗੱਲ ਇਹ ਵੀ ਜੈਮਰ ਤਾਂ ਤੁਸੀਂ ਲਾ ਦਿਓ ਕਿ ਜੈਮਰ ਲਾਉਣ ਦੀ ਲੋੜ ਹੀ ਨਹੀਂ ਜੇ ਬਸਤਾਈ ਜਿਆਦਾ ਹੋਵੇ ਆਪਾਂ ਹੁਣ ਦੇਖਦੇ ਆਂ ਪੰਜਾਬ ਸਕੂਲ ਐਜੂਕੇਸ਼ਨ ਬੋਰਡ ਨੇ ਟੈਟ ਦੇਮ ਤੇ ਹਣ ਵੀ ਲਏ ਆ ਉਹਨਾਂ ਨੇ ਆਪਣੀਆਂ ਪਿਛਲੇ ਦੋ ਤਿੰਨ ਸਾਲਾਂ ਦੇ ਵਿੱਚ ਤੇ ਤੁਹਾਡੇ ਆ ਵੀ ਲਏ ਇਮਤਿਹਾਨ 10ਵੀਂ ਦੇ ਵੀ ਲਏ ਤੇ 12ਵੀਂ ਦੇ ਵੀ ਲਏ ਆ ਕਦੇ ਕਿ ਤੋ ਇੱਕ ਇੱਕ ਮਤਲ ਜਿਹੜੀ ਹਵਾ ਨਹੀਂ ਨਿਕਲੀ ਕਿ ਇੱਥੇ ਨਕਲ ਵਧੀ ਵੀ ਹੈ ਜਿੱਥੇ ਪ੍ਰਬੰਧ ਪੂਰੇ ਸਖਤ ਹੋਣਗੇ ਤੇ ਨਕਲ ਦਾ ਉੱਥੇ ਪ੍ਰਬੰਧ ਹੋ ਜਾਂਦਾ ਹੁੰਦਾ ਹੈ ਜੀ ਪਰ ਜੇ ਆਪ ਕਹਿੰਦੇ ਕਿ ਕਿ ਤਾਰੀਕਾ ਥਰਾਂ ਵਜਦੀ ਏ ਵੀ ਕਿ ਬੱਚੇ ਇਕੱਲੇ ਮਾਰ ਕੇ ਇਕੱਲੇ ਨਹੀਂ ਇਕੱਲੇ ਨਹੀਂ ਸਿਸਟਮ ਦੀ ਵੀ ਨਾਲ ਇਹਨਾਂ ਢੱਲੋ ਸਾਬ ਤੁਹਾਨੂੰ ਦੱਸਦੇ ਇੱਕ ਆਪਣੀ ਬੜੀ ਮਸ਼ਹੂਰ ਤੇ ਵਿਵਾਦਗ੍ਰਸਤ ਯੂਨੀਵਰਸਿਟੀ ਹੈ ਪੰਜਾਬ ਦੀ ਜੀ ਉਹਦੇ ਬੜੇ ਡਿਸਟੈਂਸ ਐਜੂਕੇਸ਼ਨ ਸੈਂਟਰ ਦੇਤੇ ਜਦਕਿ ਨਿੱਜੀ ਯੂਨੀਵਰਸਿਟੀ ਦੇ ਨਹੀਂ ਸਕਦੀ ਇਹ ਬਠਿੰਡੇ ਦੇ ਵਿੱਚੋਂ ਕਹਿੰਦੇ ਜੀ ਅਸੀਂ ਨਕਲ ਨਹੀਂ ਵਜਣ ਦਿੰਦੇ ਢੱਲੋ ਸਾਬ ਕੈਮਰੇ ਕਿਤੇ ਲਾਤੇ ਵਿਦਿਆਰਥੀਆਂ ਤੇ ਤੇ ਜਿਹੜੇ ਪਾਸੇ ਕੰਧ ਸੀ ਉੱਥੇ ਤਾਂ ਕਿਸੇ ਨੇ ਕੈਮਰਾ ਨਾਲ ਲਾਇਆ ਉੱਥੇ ਲਾਤਾ ਜੀ ਉਹਨਾਂ ਨੇ ਸਕਰੀਨ ਵੱਡੀ ਤੇ ਉੱਤੇ ਅੰਦਰੋਂ ਸੈਂਟਰal ਇੱਕ ਸਵਾਲ ਲਿਖ ਦੱਸੀ ਜਾਂ ਤੇ ਜਵਾਬ ਉਹਨੂੰ ਵੇਖ ਕੋਈ ਕਰੀ ਬਿਲਕੁਲ ਐਵੇਂ ਆਈਲੈਟਸ ਚੱਲਦਾ ਜੀ ਆਈਲੈਟਸ ਕੀ ਹੁੰਦਾ ਵੀ ਜਿਹੜਾ ਤੁਸੀਂ ਅੰਦਰ ਭਜਾਣਾ ਹੈ ਤੁਸੀਂ ਅਗਲੇ ਨਾਲ ਗੰਢ ਧੁੱਪ ਕਰ ਲਈ ਉਹਨਾਂ ਨੇ ਅੱਗੇ ਗੰਢ ਧੁੱਪ ਕਰ ਲਈ ਅੰਦਰ ਉਹ ਬੰਦਾ ਭੇਜਦੇ ਪਹਿਲਾਂ ਹੀ ਉਹਨੇ ਵੀ ਫਾਰਮ ਭਰੇ ਹੁੰਦਾ ਆਈਲੈਟਸ ਦਾ ਉਹ ਅੰਦਰ ਜਾ ਵਰਦਾ ਉਹ ਤੁਹਾਡੀ ਸ਼ੀਟ ਤੁਹਾਡੇ ਤੋਂ ਲੈ ਲੈਂਦਾ ਹੁਣ ਵੌਇਸ ਸੈਂਪਲਿੰਗ ਇੱਥੇ ਕੋਈ ਨਹੀਂ ਅੱਡੀ ਕਿਹੜੀ ਆ ਤੁਹਾਡੀ ਥਾਂ ਤੇ ਬੋਲਦਾ ਵੀ ਆ ਤੁਹਾਡੀ ਥਾਂ ਤੇ ਪੜਦਾ ਵੀ ਆ ਤੁਹਾਡੀ ਥਾਂ ਤੇ ਲਿਖਦਾ ਵੀ ਆ ਅੰਦਰ ਦੀ ਅੰਦਰ ਸਾਰਾ ਕੁਝ ਹੋ ਜਾਂਦਾ ਬਾਹਰ ਕਿਸੇ ਨੂੰ ਕੋਈ ਪਤਾ ਨਹੀਂ ਵੀ ਅੰਦਰ ਕਿਹੜਾ ਬੰਦਾ ਕਰ ਗਿਆ ਤੇ ਇਹ ਵੀ ਨਹੀਂ ਪਤਾ ਵੀ ਕਿਹੜਾ ਬੰਦਾ ਕੀਦਾ ਵੀ ਰੌਲਾ ਪਾਉਣ ਨੂੰ ਤੇ ਉਹ ਪਾਸ ਹੋ ਜਾਂਦੇ ਲੱਖ ਰੁਪਇਆ ਤੁਹਾਡਾ ਲੈਂਦੇ ਆ ਇੱਕ ਬੈਂਡ ਦਾ ਸੱਤ ਬੈਂਡ ਲੈਣੇ 7 ਲੱਖ 8 ਬੈਂਡ ਲੈਣੇ 8 ਲੱਖ ਉਹੀ ਹੈ ਨਾ ਬਗੈਰ ਮਿਲੀ ਭੁਗਤ ਤੇ ਕੁਝ ਨਹੀਂ ਹੁੰਦਾ ਇਹ ਇਹ ਸੋ ਇਹ ਜਿਹੜਾ ਇਹ ਇੱਕ ਸਕੈਂਡਲ sire ਨਹੀਂ ਚੜਦਾ ਹਮਮ ਜੀ ਜੀ ਸੋ ਸ਼ੁਕਰੀਆ ਮਿਹਰਬਾਨੀ ਤੁਹਾਡਾ ਬਹੁਤ-ਬਹੁਤ ਸੋ ਪ੍ਰੋਗਰਾਮ ਸਮਾਧਾਨ ਇੱਥੇ ਹੀ ਸਮਾਪਤ ਕਰਨ ਦੀ ਅਗਿਆ ਚੌਣੇ 100 ਜੁੜੇ ਰੋ ਰੇਡੀਓ ਪੰਜਾਬ ਟੂਡੇ ਦੇ ਨਾਲ